ਇੱਕ ਓਂਕਾਰ ਸਤਿਗੁਰ ਪ੍ਰਸਾਦ ਪ੍ਰਥਮ ਭੁਗਤੀ ਸਿਮਰ ਕੇ ਗੁਰੂ ਨਾਨਕ ਲਈ ਤਿਆਰ ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਣ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਇਆ ਜਸ ਡਿੱਠੇ ਸਭ ਦੁੱਖ ਜਾਏ ਬਹਾਦਰ ਸਿਮਰਿਆ ਕਰਨਾਨ ਦਿਆਵੇ ਤਾਏ ਸਭ ਥਾਈ ਹੋਏ ਸਹਾਇ ਸਭ ਥਾਈ ਹੋਏ ਸਹਾਇ ਜਸ ਡਿੱਠੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਧਿਆਇਆ ਜੀ ਜਸ ਡਿੱਠੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਧਿਆਇਆ ਜੀ ਜਸ ਡਿੱਠੇ ਸਭ ਦੁੱਖ ਜਾਏ ਸ੍ਰੀ ਹਰਿ ਕ੍ਰਿਸ਼ਨ ਧਿਆਇਆ ਜੀ ਜੋ ਦਰ ਆਵੇ
ਲੱਭਣ ਲੱਗੀ ਦਿੱਲੀ ਸਾਰੀ। ਓ ਦਿੱਲੀ ਦਾ ਦਿਲ ਸ਼ਾਂਤ ਕਰਨ ਲਈ ਆ ਚਰਨ ਮੁਬਾਰਕ ਪਾਏ, ਸ੍ਰੀ ਹਰਕ੍ਰਿਸ਼ਨ ਤੇ ਆਇਆ ਜੀ ਜਸ ਡਿੱਠੇ ਸਭ ਦੁੱਖ ਜਾਏ, ਸ੍ਰੀ ਹਰਕ੍ਰਿਸ਼ਨ ਤੇ ਆਇਆ ਜੀ ਜਸ ਡਿੱਠੇ ਸਭ ਦੁੱਖ ਜਾਏ, ਸ੍ਰੀ ਹਰਕ੍ਰਿਸ਼ਨ ਤੇ ਆਇਆ ਜੀ। ਮੋਰਾ ਵਾਲੀ ਦਰਦੇਸ ਵਾਲੀ ਜੋ ਦਰਸ਼ਨ ਗੱਲ ਲਾਏ, ਸ੍ਰੀ ਹਰਕ੍ਰਿਸ਼ਨ ਤੇ ਆਇਆ ਜੀ ਜਸ ਡਿੱਠੇ ਸਭ ਦੁੱਖ ਜਾਏ, ਸ੍ਰੀ ਹਰਕ੍ਰਿਸ਼ਨ ਤੇ ਆਇਆ ਜੀ ਧੰਨ ਧੰਨ ਮਾਤਾ ਕ੍ਰਿਸ਼ਨ ਕੌਰ ਜੀ ਧੰਨ ਗੁਰੂ ਹਰਿ ਰਾਏ, ਸ੍ਰੀ ਹਰਕ੍ਰਿਸ਼ਨ ਤੇ ਆਇਆ ਜੀ ਜਸ ਡਿੱਠੇ ਸਭ ਦੁੱਖ ਜਾਏ, ਸ੍ਰੀ ਹਰਕ੍ਰਿਸ਼ਨ ਤੇ ਆਇਆ ਜੀ ਜਸ ਡਿੱਠੇ ਸਭ ਦੁੱਖ ਜਾਏ, ਸ੍ਰੀ ਹਰਕ੍ਰਿਸ਼ਨ ਤੇ ਆਇਆ ਜੀ ਜਸ ਡਿੱਠੇ ਸਭ ਦੁੱਖ ਜਾਏ, ਸ੍ਰੀ ਹਰਕ੍ਰਿਸ਼ਨ ਤੇ ਆਇਆ। ਤੂੰ ਹੀ ਹੈ ਮਾਤ ਪਿਤਾ ਗੁਰ ਤੂੰ ਹੀ ਹੈ, ਤੂੰ ਹੀ ਹੈ ਮਾਤ ਪਿਤਾ ਗੁਰ ਤੂੰ ਹੀ ਹੈ ਜੀ, ਤੂੰ ਹੀ ਹੈ ਪੋਖਣਹਾਰ ਗੁਰਸਈਆ, ਤੇਰੋ ਹੀ ਮਾਣ ਅਰਤਾਣ ਤੇਰੋ ਹੀ, ਤੇਰੋ ਹੀ ਆਸ ਭਰੋਸਾ ਕਹੀਐ, ਨਿਮਾਣੇ ਕੋ ਮਾਣ ਨਿਤਾਣੇ ਕੋ ਤਾਣ ਨਿਥਾਵੇ ਕੋ ਥਾਨ, ਤੂੰ ਹੀ ਸਭ ਗਈਐ ਪਾਪ ਪਰੋਂ ਪਰਮੇਸ਼ਰ ਤੋਹੇ ਕਹਿ, ਬਾਰੰਬਾਰ ਤੁਝੇ ਵੱਲ ਜਾਈਐ। ਧੰਨ ਧੰਨ ਸਤਿਗੁਰੂ, ਹਿੰਦ ਰੱਖਿਅਕ ਹੀ ਨਹੀਂ ਸਾਰੀ ਸ੍ਰਿਸ਼ਟੀ ਦੇ ਉੱਤੇ ਇਹ ਤਨ ਰੂਪੀ ਚਾਦਰ ਪਾ ਕੇ ਕੱਲਾ ਇਸ ਮੁਲਕ ਨੂੰ ਹੀ ਨਹੀਂ ਬਚਾਇਆ, ਕੱਲਾ ਸਨਾਤਨ ਧਰਮ ਹੀ ਨਹੀਂ ਬਚਾਇਆ, ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਬਹੁਤ ਵੱਡੀ ਕੁਰਬਾਨੀ ਕਰਕੇ ਜਿੱਥੇ ਤਿਲਕ ਜੰਯੂ ਦੀ ਰਾਖੀ ਕੀਤੀ, ਉੱਥੇ ਸਾਰੇ ਸੰਸਾਰ ਦੇ ਅੰਦਰ ਜੋ ਵੱਖ ਵੱਖ ਧਰਮਾਂ ਦੇ ਲੋਕ ਵੱਸਦੇ ਸਨ ਉਹਨਾਂ ਨੂੰ ਵੀ ਸੁਰੱਖਿਅਤ ਕੀਤਾ। ਸੰਗਤ ਜੀ, ਉਹ ਪਾਵਨ ਪਵਿੱਤਰ ਅਸਥਾਨ, ਐਸਾ ਅਸਥਾਨ, ਮੈਂ ਅਕਸਰ ਇਹ ਗੱਲ ਕਹਿੰਦਾ ਹੁੰਦਾ, ਹੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ, ਇੱਕ ਵਿਦਵਾਨ ਲਿਖਦਾ, ਉਹ ਕਹਿੰਦਾ ਹੇ ਗੁਰੂ ਤੇਗ ਬਹਾਦਰ ਸ੍ਰਿਸ਼ਟ ਕੀ ਚਾਦਰ, ਮਹਾਰਾਜ ਜੀ ਤੁਹਾਡਾ ਪੂਰਾ ਸਤਿਕਾਰ ਨਹੀਂ ਹੋ ਸਕਿਆ, ਕਵੀਆਂ ਆਰਮਾ ਆਰਫਾ ਫਾਸਲਾਂ ਤੋਂ ਤੁਹਾਡਾ ਪੂਰਾ ਵਿਸਥਾਰ ਨਹੀਂ ਹੋ ਸਕਿਆ, ਪੋਤੇ ਕਿਸੇ ਪਾਸੇ ਸਪੁੱਤਰ ਕਿਸੇ ਪਾਸੇ ਇਕੱਠਾ ਤੁਹਾਡਾ ਪਰਿਵਾਰ ਨਹੀਂ ਹੋ ਸਕਿਆ, ਉਹ ਜੀ ਸੀਸ ਕਿਸੇ ਪਾਸੇ
ਤੇ ਧੜ ਕਿਸੇ ਪਾਸੇ ਇੱਕ ਥਾਂ ਸੰਸਕਾਰ ਵੀ ਨਹੀਂ ਹੋ ਸਕਿਆ। ਵਾਹਿਗੁਰੂ। ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ, ਸੰਗਤ ਜੀ ਯਾਦ ਰੱਖਿਓ, ਇਹ ਦਿੱਲੀ ਦੀ ਧਰਤੀ ਤੇ ਸੀਸਗੰਜ ਸਾਹਿਬ ਹੈ। ਇਹ ਅਸਥਾਨ ਸੱਚੇ ਪਾਤਸ਼ਾਹ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਦੇ ਵਿੱਚ ਮਸੀਤਾਂ ਵੀ ਉਸਰੀਆਂ, ਹੁੰਦਾ ਰਿਹਾ, ਹੁੰਦਾ ਰਹੇਗਾ। ਪਰ ਸਮੇਂ ਸਮੇਂ ਮਹਾਰਾਜ ਦੀ ਮਿਹਰ ਦਾ ਸਦਕਾ ਸਤਿਗੁਰੂ ਜੀ ਆਪ ਥਾਪੜਾ ਦੇ ਕੇ ਆਪਣੇ ਦਰ ਘਰ ਦੀ ਸੇਵਾ ਲੈਂਦਾ ਹੈ, ਔਰ ਵੱਡੇ ਵੱਡੇ ਕਾਰਜ ਸਤਿਗੁਰੂ ਜੀ ਆਪ ਕਰਵਾ ਲੈਂਦੇ ਨੇ। ਸੰਗਤ ਜੀ, ਜਿੱਥੇ ਇਸ ਅਸਥਾਨ ਦੀ ਸੇਵਾ ਉਸ ਵੇਲੇ ਦੇ ਸੂਰਬੀਰ ਬਚਨ ਕੇ ਬਲੀ ਸਾਹਿਬ ਬਾਬਾ ਬਘੇਲ ਸਿੰਘ ਜੀ, ਜਿਹਨਾਂ ਦਾ 18 ਘੰਟੇ ਦਾ ਨਿਤਨੇਮ ਸੀ, ਐਵੇਂ ਨਹੀਂ ਦਾਤਾਂ ਝੋਲੀ ਵਿੱਚ ਪੈਂਦੀਆਂ, ਭਗਤੀ ਵਿੱਚੋਂ ਸ਼ਕਤੀ ਪੈਦਾ ਹੁੰਦੀ ਆ। ਉਹਨਾਂ ਉਹ ਮਾਸ਼ਕੀ ਦੀ ਬੱਚੀ ਜਿਹਦੇ ਪਿਤਾ ਨੇ ਮਹਾਰਾਜ ਜੀ ਦਾ ਪਾਵਨ ਪਵਿੱਤਰ ਖੂਨ ਇੱਥੋਂ ਸਾਫ਼ ਕੀਤਾ ਸੀ, ਸੰਗਤ ਜੀ ਉਹਦੀ ਨਿਸ਼ਾਨਦੇਹੀ ਤੇ ਇਹ ਅਸਥਾਨ। ਉਹ ਮੁਗਲਾਂ ਦਾ ਰਾਜ ਹੋਵੇ, ਇਸਲਾਮ ਦਾ ਬੋਲਬਾਲਾ ਹੋਵੇ, ਤੇ ਫਿਰ ਵੀ ਅਸਥਾਨ ਤਾਮੀਰ ਕਰ ਦੇਣੇ, ਇਹ ਕਿਸੇ ਹੋਰ ਮਤ ਅੰਦਰ ਨਹੀਂ ਜੇ ਆਇਆ, ਇਹ ਸਿਰਫ ਤੇ ਸਿਰਫ ਮਾਣ ਸਿੱਖ ਕੌਮ ਦੇ ਤੁਸਾਂ ਬੱਬਰ ਸ਼ੇਰਾਂ ਨੂੰ ਮਿਲਿਆ ਹੈ। ਇਸੇ ਤਰ੍ਹਾਂ ਹੀ ਆ ਦਿਹਾੜਾ ਲੰਘ ਕੇ ਗਿਆ ਸਾਹਿਬ ਬਾਬਾ ਬੰਦਾ ਸਿੰਘ ਜੀ ਬਹਾਦਰ ਸਾਹਿਬ ਦਾ, ਖਾਲਸਾ ਜੀ ਉਹ ਅਸਥਾਨ ਵੀ ਨਹੀਂ ਸੀ ਮਹਿਰੋਲੀ ਵਿਖੇ, ਉਹ ਕੁਤਬ ਮੀਨਾਰ ਜਿਹਦੀਆਂ ਜੜ੍ਹਾਂ ਦੇ ਵਿੱਚ ਉਹ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੇ ਆਪਣਾ ਖੂਨ ਪਾਇਆ ਤੇ ਉਹਦੀਆਂ ਜੜ੍ਹਾਂ ਮਜ਼ਬੂਤ ਕੀਤੀਆਂ, ਪਰ ਅਸਥਾਨ ਨਹੀਂ। ਉਹ ਅਸਥਾਨ ਫਿਰ ਬਣਾਇਆ ਸੀ ਮਹਾਨ ਗੁਰਪੁਰਵਾਸੀ ਸੱਚਖੰਡ ਵਾਸੀ ਸਾਹਿਬ ਅਤੀ ਸਤਿਕਾਰਯੋਗ ਸਰਦਾਰ ਸੰਤੋਖ ਸਿੰਘ ਜੀ ਹੋਰਾਂ। ਐਵੇਂ ਨਹੀਂ ਨਾਮ ਗੂੰਜਦੇ ਹੁੰਦੇ, ਐਵੇਂ ਨਹੀਂ ਮਾਣ ਮਿਲਦਾ ਹੁੰਦਾ, ਤੇ ਅੱਜ ਫਿਰ ਅਤੀ ਸਤਿਕਾਰਯੋਗ ਸਰਦਾਰ ਮਨਜੀਤ ਸਿੰਘ ਜੀ ਜੀ ਕੇ ਗੁਰੂ ਸਾਹਿਬ ਦੀ ਗੋਦ ਅੰਦਰ ਸੱਜ ਬੈਠੇ ਨੇ। ਚੇਤੇ ਰੱਖਿਓ, ਬੇਅੰਤ ਇਸ ਅਹੁਦੇ ਉੱਤੇ ਪਹਿਲਾਂ ਵੀ ਆਏ, ਪਰ ਆਪ ਸਮੁੱਚੀਆਂ ਸੰਗਤਾਂ ਇਸ ਗੱਲ ਤੋਂ ਭਲੀ ਭਾਂਤ ਜਾਣੂ, ਉਹ ਕਿਹਨੇ ਲਾਲ ਕਿਲੇ ਦੇ ਉੱਤੇ ਏਡੇ ਏਡੇ ਸਮਾਗਮ ਕੀਤੇ ਸੀ? ਲਾਲ ਕਿਲੇ ਦੀਆਂ ਕੰਧਾਂ ਜਿਹੜੀਆਂ ਸਾਡੇ ਲਹੂ ਦੇ ਨਾਲ ਭਿੱਜੀਆਂ ਹੋਈਆਂ, ਉਹਨਾਂ ਕੰਧਾਂ ਦੇ ਐਨ ਮੁੱਢ ਖੜ ਕੇ ਉਸ ਫਸੀਲ ਦੇ ਉੱਤੇ ਚੜ੍ਹ ਕੇ ਸਤਿ ਸ੍ਰੀ ਅਕਾਲ ਦੇ ਜੈਕਾਰੇ ਗਜਾਉਣੇ, ਔਰ ਮੌਕੇ ਦੀ ਹਕੂਮਤ ਨੂੰ ਦੱਸਣਾ ਉਹ ਲਾਲ ਕਿਲਾ ਅੱਜ ਵੀ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਦੇ ਖੂਨ ਦੇ ਵਿੱਚ ਭਿੱਜਿਆ ਹੋਇਆ, ਤਦੋਂ ਹੀ ਇਹ ਲਾਲ ਹੈ। ਯਾਦ ਰੱਖਿਓ, ਦੇਸ਼ ਕੌਮ ਦੀਆਂ ਨੀਹਾਂ ਕਦੇ ਪੱਕੀਆਂ ਨਾ ਹੁੰਦੀਆਂ ਜੇ ਇਹ ਗੁਰੂ ਕਲਗੀਧਰ ਜੀ ਨੇ ਆਪਣੀ ਨੀਹਾਂ ਵਿੱਚ ਚਣਵਾਏ ਦੁਲਾਰੇ ਨਾ ਹੁੰਦੇ, ਉਹ ਮੰਦਰਾਂ ਸ਼ਿਵਾਲਿਆਂ ਚ ਵੱਜਦੇ ਨਾ ਸ਼ਹਿਣੇ, ਜੇ ਬੱਜੇ ਰਣਜੀਤ ਨਗਾਰੇ ਨਾ ਹੁੰਦੇ, ਹਿੰਦੀ ਨਾ ਹੁੰਦੀ ਜੀ, ਹਿੰਦੂ ਨਾ ਹੁੰਦੇ ਹਿੰਦੂ ਸਤਾਨੀ, ਆ ਸਾਰੇ ਨਾ ਹੁੰਦੇ, ਆ ਭਾਰਤ ਦੇ ਮੁਖੜੇ ਤੇ ਹੁੰਦੀ ਨਾ ਲਾਲੀ, ਜੇ ਮੇਰੇ ਸਤਿਗੁਰੂ ਜੀ ਨੇ ਇਸ ਵਤਨ ਲਈ ਚਾਰੀ ਪੁੱਤ ਵਾਰੇ ਨਾ ਹੁੰਦੇ। ਸੰਗਤ ਜੀ, ਆ ਦੇਸ਼ ਨਾ ਹੁੰਦਾ ਜੇ ਮੇਰਾ ਗੁਰਦਸਮੇਸ਼ ਨਾ ਹੁੰਦਾ, ਬਾਪੂ ਨੂੰ ਘੱਲਿਆ। ਸੰਗਤ ਜੀ, ਇਹ ਤਿਲਕ ਔਰ ਜੰਜੂ ਕਾਇਮ ਹੈ, ਇੱਕ ਰਹਿਮ ਤੇ ਕਾਦਰ ਕਾ ਸਦਕਾ, ਇਹ ਪਤ ਔਰ ਪਰਦੇ ਕਾਇਮ ਹੈ, ਇੱਕ ਧਰਮ ਕੀ ਚਾਦਰ ਕਾ ਸਦਕਾ, ਕੋਈ ਮਾਨੇ ਜਾਂ ਨਾ ਮਾਨੇ, ਇਹ ਦਿੱਲੀ ਅਬ ਤੱਕ ਬੋਲ ਰਹੀ, ਆ ਮੰਦਰੋਂ ਕੇ ਝੰਡੇ ਝੂਲ ਰਹੇ ਗੁਰੂ ਤੇਗ ਬਹਾਦਰ ਕਾ ਸਦਕਾ।
ਖਾਲਸਾ ਜੀ ਗੁਰੂ ਕੀ ਗੋਦ ਦੇ ਅੰਦਰ ਬੈਠੇ ਹੋ ਤੇ ਅੱਜ ਬਾਲਾ ਪ੍ਰੀਤਮ ਜੀ ਸਭ ਸਤਿਗੁਰਾਂ ਦੇ ਪਰ ਉਪਕਾਰ ਨੇ ਦਿੱਲੀ ਦੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਹੀਦਾਂ ਦੀਆਂ ਯਾਦਗਾਰਾਂ ਜੂਨ 84 ਦੀ ਉਹ ਯਾਦਗਾਰ ਖਾਲਸਾ ਜੀ ਜੋ ਇਸ ਧਰਤੀ ਤੇ ਖੂਨ ਡੁੱਲਾ ਬੇਗੁਨਾਹਾਂ ਦਾ ਨਹੀਂ ਸੀ ਕੋਈ ਬਣਾਉਣਾ ਤੇ ਨਾ ਹੀ ਬਣਾਉਣੀ ਚਾਹੁੰਦੇ ਸੀ ਉਹ ਵੀ ਇਹਨਾਂ ਗੁਰੂ ਕੇ ਪਿਆਰਿਆਂ ਨੇ ਬੜਾ ਵੱਡਾ ਯਤਨ ਕੀਤਾ ਤੇ ਯਤਨ ਜਾਰੀ ਨੇ ਸ਼ਹੀਦਾਂ ਨੂੰ ਮਰੀਦਾਂ ਨੂੰ ਚੇਤੇ ਰੱਖਿਓ ਜਿਹੜੀਆਂ ਕੌਮਾਂ ਭੁੱਲ ਜਾਂਦੀਆਂ ਉਹ ਕੱਖਾਂ ਵਾਂਗੂ ਰੁੱਲ ਜਾਂਦੀਆਂ ਜਿਹੜੇ ਆਪਣੇ ਸ਼ਹੀਦਾਂ ਨੂੰ ਚੇਤੇ ਰੱਖਦੇ ਨੇ ਉਹ ਫਿਰ ਹਮੇਸ਼ਾ ਤਰੱਕੀਆਂ ਕਰਦੇ ਨੇ ਤੇ ਅੱਗੇ ਵੱਧਦੇ ਨੇ ਅੱਜ ਧੰਨ 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 ਸਾਹਿਬ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਮੇਰੇ ਬਾਲਾ ਪ੍ਰੀਤਮ ਜੀ ਸੰਗਤ ਜੀ ਐਸੇ ਸਤਿਗੁਰੂ ਜੀ ਉਹਨਾਂ ਦਾ ਨਾਮ ਲਿਆ ਉਹਨਾਂ ਦੇ ਦੀਦਾਰ ਕੀਤਿਆਂ ਤੇ ਖੇਡ ਵਰਤਦੇ ਆ ਜਿਵੇਂ ਹੁਣੇ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ ਬਚਨ ਕਰਕੇ ਗਏ ਨੇ ਓਏ ਛੜੀ ਉਦੋਂ ਹੀ ਨਹੀਂ ਸੱਚੇ ਪਾਤਸ਼ਾਹ ਨੇ ਸੀਸ ਤੇ ਰੱਖੀ ਅੱਜ ਵੀ ਰੱਖਦੇ ਆ ਅੱਜ ਵੀ ਰੱਖਦੇ ਨੇ ਸੱਚਾਈ ਦੇ ਕਿੱਡੇ ਬਲੀ ਨੇ ਕੀ ਕਹਿੰਦੇ ਜੀ ਮਹਾਰਾਜ ਨੇ ਕਿਹਾ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠਾ ਸਭ ਦੁੱਖ ਜਾਏ ਵੀ ਦੇਖਿਆ ਹੀ ਫਿਰ ਇਹ ਵੀ ਪੜ੍ਹ ਲਿਆ ਕਰੋ ਭਾਗਾਂ ਵਾਲਿਓ ਮੈਂ ਮੂਰਖ ਕੀ ਕੇ ਤੱਕ ਬਾਤ ਹੈ ਕੋਟ ਪਰਾਧੀ ਗੁਰੂ ਨਾਨਕ ਜਿਨ ਸੁਣਿਆ ਸੁਣਨ ਵਾਲਿਆਂ ਦੀ ਗੱਲ ਪਹਿਲਾਂ ਆ ਗਈ ਪੇਖਿਆ ਪੇਖਣ ਵਾਲੇ ਬਾਅਦ ਚ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ ਸਭ ਤੋਂ ਵੱਡਾ ਦੁੱਖ ਹੀ ਮਾਤਾ ਦੇ ਗਰਭ ਵਿੱਚ ਆਉਣ ਦਾ ਉਹਨੂੰ ਮਾਤਾ ਦੇ ਗਰਭ ਵਿੱਚ ਨਹੀਂ ਆਉਣਾ ਪੈਂਦਾ ਜਿਹੜੇ ਗੁਰੂ ਨਾਨਕ ਸਾਹਿਬ ਅੱਠਵੇਂ ਗੁਰੂ ਨਾਨਕ ਸਾਹਿਬ ਬਾਲਾ ਪ੍ਰੀਤਮ ਜੀ ਅਸਲ ਦੇ ਵਿੱਚ ਕਹਾਣੀ ਸਰੀਰਾਂ ਦੀ ਨਹੀਂ ਦੁਆਈ ਰੱਬ ਦੀ ਉਹ ਗੁਰੂ ਨਾਨਕ ਦਾ ਘਰ ਨਾ ਸਰੀਰਾਂ ਨਾਲ ਜੁੜਿਆ ਸੀ ਤੇ ਨਾ ਸਰੀਰਾਂ ਨਾਲ ਜੋੜਦਾ ਇੱਥੇ ਕਿਸ ਚੀਜ਼ ਨਾਲ ਜੋੜਿਆ ਜਾਂਦਾ ਸੰਗਤ ਜੀ ਧੰਨ ਧੰਨ ਗੁਰੂ ਨਾਨਕ ਸਾਹਿਬ ਪਹਿਲਾ ਜਾਮਾ ਸੱਚੇ ਪਾਤਸ਼ਾਹ ਜੀ ਲੰਘਣ ਲੱਗੇ ਨੇ ਦੁਪਾਲਪੁਰ ਵਿੱਚੋਂ ਇੱਕ ਕੋਹੜੀ ਬਿਲਕਦਾ ਤੜਫਦਾ ਲੁੱਛਦਾ ਖੂਨ ਪਾਕ ਉਹਦੇ ਸਰੀਰ ਚੋਂ ਚੋਂਦਾ ਉਹ ਕੋਹੜੀ ਨੂੰ ਰਾਜੀ ਕੀਤਾ ਧੰਨ ਧੰਨ ਗੁਰੂ ਨਾਨਕ ਸਾਹਿਬ ਨਿਰੰਕਾਰ ਸੱਚੇ ਪਾਤਸ਼ਾਹ ਨੇ ਤੀਜੇ ਮਹਾਰਾਜ ਜੀ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮੰਜੀ ਵੀ ਦਿੱਤੀ ਮੱਥੋ ਤੇ ਮੁਰਾਰੀ ਬਣਾ ਕੇ ਉਹ ਪ੍ਰੇਮਾ ਸੀ ਉਹ ਵੀ ਕੋਹੜੀ ਹੋ ਗਿਆ ਗਲਤ ਸੰਗਤ ਵਿੱਚ ਪੈ ਗਏ ਉਹਨੂੰ ਰਾਜੀ ਕੀਤਾ ਧੰਨ ਗੁਰੂ ਅਮਰਦਾਸ ਜੀ ਨੇ ਬਿਰਧ ਅਵਸਥਾ ਵਿੱਚ ਤੇ ਮੇਰੇ ਸਾਹਿਬ ਸੱਚੇ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਕਿੱਡੀ ਵੱਡੀ ਬਖਸ਼ਿਸ਼ ਸੰਗਤ ਜੀ ਆਪਣੇ ਬੱਚਿਆਂ ਨਾਲ ਜਾਂ ਛੋਟੀ ਅਵਸਥਾ ਨਾਲ ਕਦਾਚਿਤ ਵੀ ਨਾ ਜੇ ਜੋੜਿਓ ਕਿਉਂਕਿ ਗੁਰੂ ਜੋਤ ਹੈ ਜੋਤ ਵੀ ਨਿਰੰਜਣੀ ਉਹ ਇੱਕ ਐਸੀ ਅਸੀਮ ਅਜੀਮ ਪਾਵਰ ਜਿਹਨੂੰ ਗਿਣਿਆ ਮਿਣਿਆ ਮਾਪਿਆ ਨਹੀਂ ਜਾ ਸਕਦਾ ਉਹ 14 ਕਲਾ ਨਹੀਂ ਉਹ 16 ਕਲਾ ਨਹੀਂ ਉਹ ਤੇ ਅਨੰਤ ਕਲਾ ਹੋਏ ਠਾਕੁਰ ਚੜਿਆ ਜਿਹਨਾਂ ਦੀਆਂ ਕਲਾ ਗਿਣੀਆਂ ਹੀ ਨਹੀਂ ਗਈਆਂ ਐਸੇ ਸਾਹਿਬ ਜੀ ਉਹਨਾਂ ਦੇ ਪ੍ਰੇਮ ਵਿੱਚ ਆਏ ਹੋ ਤੇ ਹੱਥ ਜੋੜ ਕੇ ਮੇਰੀ ਅਰਦਾਸ ਸਹੀ ਹੋ ਆਓ ਸਾਰੇ ਅਰਦਾਸ ਕਰੀਏ ਧੰਨ ਗੁਰੂ ਨਾਨਕ ਸਾਹਿਬ ਗੁਰੂ ਹਰਕ੍ਰਿਸ਼ਨ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਕਲਗੀਧਰ ਜੀ ਤੇ ਗੁਰੂ ਗ੍ਰੰਥ ਸਾਹਿਬ ਜੀ ਸਭ ਜਗ੍ਹਾ ਸਹਾਈ ਹੋਵੇ ਉਹ ਝੰਡੇ ਝੂਲਣ ਤੇ ਰਹਿਣ ਦੀਵਾਨ ਸਜਦੇ ਕਲਾ ਪੰਥ ਦੀ ਦੂਨ ਸਵਾਈ ਹੋਵੇ ਹਰ ਇੱਕ ਦਿਲ ਚੋਂ ਪ੍ਰੇਮ ਦੀ ਬਹੇ ਗੰਗਾ ਅਫਸੋਸ ਅੱਜ ਅਸੀਂ ਗੁਰੂ ਨਾਨਕ ਦੇ ਪੈਰੋਕਾਰ ਇਹ ਵੀ ਇੱਕ ਦੂਜੇ ਦੇ ਨਾਲ ਜਿੰਨਾ ਖਹਿ ਕੇ ਇੱਕ ਦੂਜੇ ਤੇ ਵਾਰ ਕਰਕੇ ਕਦੇ ਸ਼ਬਦਾਂ ਦੇ ਵਾਰ
ਜਿੰਨਾ ਅਸੀਂ ਉਲਝ ਗਏ। ਕਈ ਵਾਰੀ ਦੁੱਖ ਹੁੰਦਾ, ਓਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਘਰ ਤੇ ਕਹਿੰਦਾ, ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣ ਆਈ। ਹਾਂ, ਜ਼ੁਲਮ ਕਰਨ ਵਾਲਾ ਉਹ ਜਿਹੜਾ ਮਰਜ਼ੀ ਹੋਵੇ, ਉਹਦੇ ਨਾਲ ਗੁਰੂ ਕਾ ਖਾਲਸਾ ਆਡੇ ਲੈਂਦਾ ਰਿਹਾ, ਉਹਨੂੰ ਝਟਕਾਉਂਦਾ ਰਿਹਾ, ਉਹਨੂੰ ਧੁਰਦੀ ਗੱਡੀ ਚੜਾਉਂਦਾ ਰਿਹਾ ਤੇ ਚੜਾਉਂਦਾ ਰਹੇਗਾ। ਪਰ ਚੇਤੇ ਰੱਖਿਓ, ਉਂਝ ਇਹ ਅਰਦਾਸ ਕਰੀਏ ਅੱਜ ਅਸੀਂ ਪ੍ਰੇਮ ਦੇ ਵਿੱਚ ਆਈਏ। ਹਰ ਇੱਕ ਦਿਲ ਚੋਂ ਪ੍ਰੇਮ ਦੀ ਬਹੇ ਗੰਗਾ, ਹਰ ਪਰਿਵਾਰ ਵਿੱਚ ਸੁਲਾ ਸਫਾਈ ਹੋਵੇ। ਉਹ ਜੀ ਮੋਰਾਂ ਵਾਲੀਆਂ ਵੱਲੋਂ ਤੁਸਾਂ ਸਾਰਿਆਂ ਨੂੰ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪ੍ਰਗਟ ਦਿਹਾੜੇ ਦੀ ਲੱਖ ਲੱਖ ਨਹੀਂ ਜੀ, ਬੇਅੰਤ ਬੇਅੰਤ ਵਧਾਈ ਹੋਵੇ, ਵਧਾਈ ਹੋਵੇ। ਬੈਠੋ ਸੱਜ ਕੇ ਇੱਕ ਵਾਰੀ ਗੂੰਜ ਪਾਉਣੀ ਜੇ, ਤੇ ਇੰਨੀ ਕੁ ਗੱਜ ਕੇ ਗੂੰਜ ਪਾਇਓ ਆਸੇ ਪਾਸੇ ਦੂਰ ਦਰਾਜ ਤੱਕ ਪਤਾ ਚੱਲੇ ਉਹ ਗੁਰੂ ਕਾ ਖਾਲਸਾ, ਧੰਨ ਸੱਚੇ ਪਾਤਸ਼ਾਹ ਜੀ ਦੇ ਲਾਲ ਇੱਕ ਜੁੱਟ ਸਿਰ ਜੋੜ ਕੇ ਬੈਠੇ ਨੇ। ਆਓ ਖਾਲਸਾ ਜੀ, ਕਲਗੀਧਰ ਜੀ ਦਾ ਹੁਕਮ ਹੈ, ਆਗੇ ਆਵਤ ਸਿੰਘ ਜੋ ਪਾਵੇ ਗੱਜ ਕੇ। ਵਾਹਿਗੁਰੂ ਜੀ ਕੀ ਫਤਿਹ ਬੁਲਾਵੇ, ਫਤਿਹ ਗਜਾਵੇ। ਲੋਕੀ ਫਤਿਹ ਆਮ ਬੋਲਦੇ ਨੇ, ਬੋਲੀ ਖਾਲਸੇ ਦੇ ਬੋਲੇ ਆ, ਲੋਕਾਂ ਦੀਆਂ ਟੋਲੀਆਂ ਤੇ ਖਾਲਸੇ ਦਾ ਟੋਲਾ ਏ, ਲੋਕਾਂ ਦੀਆਂ ਬੋਲੀਆਂ ਤੇ ਖਾਲਸੇ ਦਾ ਬੋਲਾ ਏ, ਜੱਗ ਸਾਰਾ ਖੇਡਦਾ ਏ ਹੋਲੀ ਕੱਚੇ ਰੰਗਾਂ ਨਾਲ। ਉਹ ਖੇਡਦੇ ਨਿਹੰਗ ਸਿੰਘ ਖੂਨ ਵਾਲਾ ਹੋਲਾ ਏ, ਮਹਾਰਾਜ ਦੀਆਂ ਮਿਹਰਾਂ ਦੁਨੀਆਂ ਤੋਂ ਵੱਖਰੇ, ਦੁਨੀਆਂ ਤੋਂ ਨਿਆਰੇ। ਖਾਲਸਾ ਜੀ, ਜਿਹੜਾ ਫਤਿਹ ਦੇ ਨਾਲ ਹੈ ਪਿਆਰ ਕਰਦਾ, ਉਹਦੀ ਆਤਮਾ ਵੀ ਫਤਿਹ ਪਾ ਜਾਂਦੀ। ਫਤਿਹ ਬੁਲਾਉਣ ਤੋਂ ਕਰੇ ਸੰਕੋਚ, ਜਿਹੜਾ ਫਤਿਹ ਉਸ ਨੂੰ ਫਤਿਹ ਜਾ ਜਾਂਦੀ। ਕਹਿੰਦੇ ਜੀ ਸਦਾ ਹੀ ਫਤਿਹ ਦੀ ਜੱਗ ਤੇ ਜਿੱਤ ਹੁੰਦੀ, ਫਤਿਹ ਕੱਲਿਆਂ ਨਹੀਂ ਆ ਸੰਗਤ ਨਾਲ ਹੀ ਪਾਈਦੀ ਏ। ਪਿਆਰੇ ਖਾਲਸਾ ਜੀ, ਜਦੋਂ ਵੀ ਗੁਰੂ ਦਰ ਆਈ ਉਦੋਂ ਢਿੱਲੀ ਨੇ ਗੱਜ ਕੇ ਫਤਿਹ ਗਜਾਈ ਦੀ ਏ। ਪਾਓ ਗੂੰਜ, ਆਖੋ ਜੀਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਬਾਲਾ ਪ੍ਰੀਤਮ ਜੀ, ਸੰਗਤ ਜੀ, ਕੈਸਾ ਖਾਨਦਾਨ, ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ। ਅੱਜ ਵੀ ਆਸਾ ਦੀ ਵਾਰ ਆਰੰਭਦੇ ਨੇ ਗੁਰੂ ਕੇ ਕੀਰਤਨੀਏ, ਤੇ ਇੱਕੋ ਹੀ ਗੱਲ ਕਹਿੰਦੇ ਨੇ, ਕਰ ਮੁਸ਼ਕਲ ਆਸਾਨ। ਮੇਰੇ ਸਾਹਿਬ ਜੀ ਦਾ, ਧੰਨ ਗੁਰੂ ਰਾਮਦਾਸ ਜੀ ਦਾ ਘਰ ਸਭ ਦਾ ਸਾਂਝਾ, ਚਾਰ ਦਰਵਾਜ਼ੇ ਜਿੱਥੋਂ ਮਰਜ਼ੀ ਕੋਈ ਆਵੇ। ਔਰ ਐਸੀ ਪਿਰਤ ਪਾਈ ਧੰਨ ਗੁਰੂ ਅਰਜਨ ਸਾਹਿਬ। ਸੰਗਤ ਜੀ, ਤੱਤੀਆਂ ਤਵੀਆਂ ਤੇ ਕਿਉਂ ਬੈਠੇ, ਰਿੱਝ ਦੀਆਂ ਦੇਗਾਂ ਚ ਕਿਉਂ ਆਪਾਂ ਉਬਾਲਿਆ? ਤਾਂ ਕਿ ਸ਼ੁੱਧ ਗੁਰਬਾਣੀ ਮੇਰੀ ਕੌਮ ਤੱਕ, ਮੇਰੀ ਉਮਤ ਤੱਕ ਪਹੁੰਚੇ। ਔਰ ਦੱਸ ਦਿੱਤਾ, ਜ਼ੁਲਮ ਕਰਨਾ ਮਹਾਂਪਾਪ ਹੈ। ਜਦੋਂ ਕੋਈ ਜ਼ੁਲਮ ਕਰਦਾ, ਉਸ ਜ਼ੁਲਮ ਨੂੰ ਸਹਿਣਾ ਉਸ ਤੋਂ ਵੀ ਵੱਡਾ ਪਾਪ ਹੈ। ਮਹਾਰਾਜ ਜੀ ਨੇ ਇੱਕ ਸਿਧਾਂਤ ਬਖਸ਼ਿਆ, ਗੁਰੂ ਅਰਜਨ ਕੇ ਅਫਸਾਨੋ ਨੇ ਸਾਬਤ ਕਰ ਦਿਆ, ਆਖਿਰ ਸ਼ਹੀਦੀ ਨਾਮ ਕਿਸਕਾ ਹੈ, ਉਹ ਸ਼ਹਾਦਤ ਕਿਸਕੋ ਕਹਤੇ ਹੈ। ਕਿਸੇ ਆਖਿਆ ਕੌਮਾਂ ਦੀ ਜ਼ਿੰਦਗੀ ਨੂੰ ਕਾਇਮ ਰੱਖਦੇ ਨੇ ਦਾਨ ਦਾਨੀਆਂ ਦੇ, ਕਿਸੇ ਆਖਿਆ ਕੌਮਾਂ ਨੂੰ ਕਾਇਮ ਰੱਖਣ ਉੱਚੇ ਦੱਸੇ ਹੋਏ ਗਿਆਨ ਗਿਆਨੀਆਂ ਦੇ, ਕਿਸੇ ਤਾਕਤ ਤਲਵਾਰ ਨੂੰ ਮੁੱਖ ਦੱਸਿਆ, ਕਿਸੇ ਫਲਸਫੇ ਦੱਸੇ ਰੂਹਾਨੀਆਂ ਦੇ। ਸਾਰੀਆਂ ਹੀ ਗੱਲਾਂ ਚੰਗੀਆਂ ਜੀ, ਚੰਗੇ ਗੁਣ ਨੇ, ਚੰਗੀਆਂ ਨਿਸ਼ਾਨੀਆਂ ਦੇ, ਪਰ ਇਹ ਪ੍ਰਤੱਤ ਸਿਆਣਿਆਂ ਕੱਢਿਆ ਹੈ। ਇਹ ਕੌਮਾਂ ਜਿਉਂਦੀਆਂ ਨਾਲ ਕੁਰਬਾਨੀਆਂ ਦੇ, ਕੁਰਬਾਨੀ ਤੋਂ ਬਿਨਾ ਸੱਚਾਈ ਜੇ ਅਸਰਾਂ ਤੇ ਦਸਤਾਰੇ ਸਜਾ ਕੇ ਬੈਠੇ ਹੋ, ਦਮਾਲੇ ਚਲਾ ਕੇ ਆਏ ਹੋ, ਉਹ ਵੀਰੋ ਜੇ ਤੁਹਾਡੇ ਵਿੱਚ ਕੁਰਬਾਨੀ ਨਾ ਹੁੰਦੀ, ਜਾਂ ਕੁਰਬਾਨੀ ਦਾ ਸਬਕ ਪੜਿਆ ਨਾ ਹੁੰਦਾ, ਕੁਰਬਾਨੀ ਨਾ ਕਰ ਸਕਦੇ ਤੇ ਅੱਜ ਇਸ ਰੂਪ ਦੇ ਵਿੱਚ ਨਾ ਬੈਠੇ ਹੁੰਦੇ। ਕਦੋਂ ਦੇ ਨਿਕਲੇ ਜਾਂਦੇ? 1,25,00,000 ਸੇ ਏਕ ਲੜਾਉ, ਚਿੜੀਓ ਸੇ ਮੈਂ ਬਾਸ ਤੜਾਉ।
ਤਵੇ ਗੋਬਿੰਦ ਸਿੰਘ ਨਾਮ ਕਾਉ। ਐਸੇ ਪਾਤਸ਼ਾਹ ਦੇ ਸਪੁੱਤਰ ਹੋ, ਐਸੇ ਸਤਿਗੁਰੂ ਦੀਆਂ ਧੀਆਂ ਹੋ। ਧੰਨ ਗੁਰੂ ਅਰਜਨ ਸਾਹਿਬ ਜੀ ਨੇ ਮਹਾਨ ਕਿਰਪਾ ਕੀਤੀ, ਫਿਰ ਮਹਾਰਾਜ ਜੀ ਦੀ ਕੁਰਬਾਨੀ ਚੋਂ ਸ੍ਰੀ ਅਕਾਲ ਤਖਤ ਸਾਹਿਬ ਸਫੁਟਤ ਹੋਇਆ। ਉਹ ਸ੍ਰੀ ਅਕਾਲ ਤਖਤ ਸਾਹਿਬ ਸਮੇਂ ਸਮੇਂ ਸਰਕਾਰਾਂ ਦੇ ਯਤਨ ਰਹੇ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਪ੍ਰਭਤਾ, ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਵ ਉੱਚਤਾ, ਇਹਨੂੰ ਕਿਸੇ ਤਰੀਕੇ ਰੋਕਿਆ ਜਾਵੇ। ਖਾਲਸਾ ਜੀ, ਜਾਣੇ ਜਾਂ ਅਣਜਾਣੇ ਅਸੀਂ ਮਹਾਰਾਜ ਦੇ ਤਖਤ ਦੇ ਉਲਟੇ ਪਾਸੇ ਨਾ ਖੜ ਜਾਈਏ, ਕਿਉਂਕਿ ਉਹ ਤਖਤ ਕਿਸੇ ਦੁਨਿਆਵੀ ਸਰਕਾਰ ਦਾ ਨਹੀਂ, ਉਹ ਤਖਤ ਸਾਹਿਬਾਨ ਕਿਸੇ ਆਮ ਬੰਦੇ ਦਾ ਨਹੀਂ, ਉਹ ਗੁਰੂ ਸਾਹਿਬ, ਗੁਰੂ ਹਰਗੋਬਿੰਦ ਸਾਹਿਬ, ਸ਼ਹਿਨਸ਼ਾਹ ਦੋ ਜਹਾਨ, ਸਤਿਗੁਰੂ ਜੀ ਨੇ ਉਹ ਤਖਤ ਸਾਜਿਆ ਔਰ ਕੁਰਬਾਨੀ ਦੇ ਵਿੱਚੋਂ ਪ੍ਰਗਟ ਹੋਇਆ। ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਹਰਿਮੰਦਰ ਸਾਹਿਬ, ਇੰਨੀ ਨਜ਼ਦੀਕ ਗੁਰਦੁਆਰਾ ਬਣਾਉਣ ਦੀ ਤਾਂ ਲੋੜ ਨਹੀਂ ਸੀ ਨਾ। ਗੁਰੂ ਘਰ ਨਿਰਾਪੁਰਾ ਅਸਥਾਨ ਨਹੀਂ, ਸ੍ਰੀ ਅਕਾਲ ਤਖਤ ਸਾਹਿਬ ਕੀ ਹੈ? ਸਿਧਾਂਤ ਹੈ। ਸੱਚਖੰਡ ਹਰਿਮੰਦਰ ਸਾਹਿਬ ਦੇ ਵਿੱਚ ਸੰਤ ਵੱਸਦੇ ਆ, ਜਿਹੜੇ ਚੌਂਕੜੇ ਲਾ ਕੇ ਬਹਿੰਦੇ ਨੇ ਉਹ ਸੰਤ ਬਣ ਜਾਂਦੇ ਨੇ, ਤੇ ਜਿਹੜੇ ਅਕਾਲ ਤਖਤ ਤੇ ਵੱਸਦੇ ਉਹ ਕਰਾਰੇ ਵੀਰ ਨੇ, ਕਰਾਰੇ ਵੀਰ, ਔਰ ਉਹਨਾਂ ਦੇ ਮੁੱਖ ਵਿੱਚ ਹਰ ਤੇ ਚਿੱਤ ਵਿੱਚ ਯੁੱਧ ਦੇ ਫੁਰਨੇ ਰਹਿੰਦੇ ਆ। ਉਹ ਹਮੇਸ਼ਾ ਹੀ ਸਿਰ ਤਲੀ ਤੇ ਧਰ ਕੇ ਤੁਰਦੇ ਨੇ। ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਵਰਗੀਆਂ ਹਸਤੀਆਂ ਅੱਜ ਵੀ ਪ੍ਰਤੱਖ ਉਹਨਾਂ ਦੇ ਉੱਥੇ ਪੈ ਰਹੇ ਨੇ। ਖੈਰ ਸੰਗਤ ਜੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੋਂ ਬਾਅਦ ਧੰਨ ਧੰਨ ਗੁਰੂ ਹਰਿ ਰਾਏ ਸਾਹਿਬ। ਇੱਕ ਮੈਂ ਬਚਨ ਕਰਾਂ, ਕਿਉਂਕਿ ਮਹਾਰਾਜ ਗੁਰੂ ਹਰਿ ਰਾਏ ਸਾਹਿਬ ਜੀ ਦੇ ਪਿਤਾ ਜੀ ਕੌਣ ਨੇ ਜੀ? ਆ ਉਹਨਾਂ ਨੂੰ ਵੀ ਯਾਦ ਕਰੀਏ। ਧੰਨ ਬਾਬਾ ਗੁਰਦਿੱਤਾ, ਕਹੋ ਸਾਰੇ ਧੰਨ ਬਾਬਾ ਦਿੱਤਾ, ਦੀਨ ਦੁਨੀ ਦਾ ਟਿੱਕਾ, ਜੋ ਮੰਗਿਆ ਸੋਈ ਦਿੱਤਾ। ਇਹ ਕਹਿਣ ਤੋਂ ਹੀ ਨਹੀਂ, ਕਿਤੇ ਵੇਖ ਲਿਓ, ਅਜ਼ਮਾ ਕੇ ਵੇਖ ਲਿਓ ਮਹਾਰਾਜ ਦੀ ਮਿਹਰ। ਬਾਬਾ ਗੁਰਦਿੱਤਾ ਸਾਹਿਬ, ਧੰਨ ਗੁਰੂ ਹਰਿ ਰਾਏ ਸਾਹਿਬ ਜੀ, ਉਹਨਾਂ ਨੂੰ ਸਿਰਫ 4 ਵਰੇ ਤੱਕ ਵੇਖ ਸਕੇ। ਗੁਰੂ ਹਰਿ ਰਾਏ ਸਾਹਿਬ 4 ਸਾਲ ਦੇ ਸਨ ਜਦੋਂ ਬਾਬਾ ਗੁਰਦਿੱਤਾ ਜੀ ਬਹਾਨਾ ਲਾ ਗਏ, ਸੱਚਖੰਡ ਚਲੇ ਗਏ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਦੇਖ ਰੇਖ ਦੇ ਵਿੱਚ ਸਤਵੇਂ ਮਹਾਰਾਜ ਜੀ ਨੂੰ ਪਾਲਿਆ। ਔਰ ਕੈਸਾ ਗਿਆਨ, ਕੈਸਾ ਪਿਆਰ, 101 ਕਲੀਆਂ ਵਾਲਾ ਚੋਲਾ ਪਹਿਨਦੇ ਸਨ ਗੁਰੂ ਹਰਿ ਰਾਏ ਸਾਹਿਬ, 101, ਤੇ 101 ਗਾਗਰ ਦਾ ਹੀ ਇਸ਼ਨਾਨ ਕਰਦੇ ਸਨ। 101 ਉਹਨਾਂ ਨੇ ਬਾਣੀ ਸ੍ਰੀ ਜਪਜੀ ਸਾਹਿਬ ਦੇ ਪਾਠ ਕਰਨੇ। ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜਦੋਂ ਜਾਮਾ, ਸੱਚੇ ਪਾਤਸ਼ਾਹ ਜੀ ਨੇ ਕਿਹਾ ਫੁੱਲ ਟੁੱਟ ਗਿਆ ਨਾ, ਇੱਕ ਤੇ ਬਹਾਦਰ ਬਾਬਾ ਵਿਧੀ ਚੰਦ ਸੀਨਾ ਗੁਰੂ ਕਾ ਸੀਨਾ ਵਿਛੋੜਾ ਪੈ ਗਿਆ ਸੀ, ਬਾਬਾ ਜੀ ਚਲੇ ਗਏ ਸੀ ਦੇਵ ਗਾਓਂ ਨੂੰ, ਉਹ ਇੱਕ ਵੱਖਰਾ ਮਜ਼ਬੂਨ ਹੈ। ਗੁਰੂ ਹਰਗੋਬਿੰਦ ਸਾਹਿਬ ਚਾਹੁੰਦੇ ਨਹੀਂ ਸਨ ਕਿ ਜਾਣ, ਕਿਹਾ ਵੀ ਸੰਗਤਾਂ ਨੇ ਮਹਾਰਾਜ ਰੋਕ ਲਓ ਬਹਾਦਰ ਬਾਬਾ ਵਿਧੀ ਚੰਦ ਸਾਹਿਬ ਨੂੰ। ਮਹਾਰਾਜ ਕਹਿੰਦੇ ਸੰਗਤ ਜੀ, ਸਾਡਾ ਕਿਹੜਾ ਦਿਲ ਕਰਦਾ ਇਹਨਾਂ ਨੂੰ ਘਲਾਉਣ ਨੂੰ, ਵਿਧੀ ਚੰਦ ਸੀਨਾ ਥੋੜੀ ਚੱਲਿਆ, ਸਾਡਾ ਸੀਨਾ ਚੱਲਿਆ, ਸਾਡਾ ਸੀਨਾ। ਉਹ ਦਿਨ ਤੇ ਫੁੱਲ ਟੁੱਟ ਗਿਆ। ਮਹਾਰਾਜ ਜੀ ਨੇ, ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਲਾਲ ਜੀ, ਜਾਮੇ ਵੱਡੇ ਪਾਉਣ ਦਾ ਚਾਹ ਹੋਵੇ ਤੇ ਫਿਰ ਉਹਨਾਂ ਨੂੰ ਸੰਭਲ ਕੇ ਚੱਲਣਾ ਵੀ ਆਉਣਾ ਚਾਹੀਦਾ। ਸਾਰਾ ਰਹਿੰਦਾ ਜੀਵਨ ਮਹਾਰਾਜ ਜੀ ਆਪਣਾ ਜਾਮਾ ਪਕੜ ਕੇ ਚੱਲਦੇ ਰਹੇ। ਇੱਕ ਸਿਧਾਂਤ ਸੀ, ਜਿਵੇਂ ਉੱਚੇ ਰੁਤਬੇ ਮਿਲਦੇ ਨੇ ਭਾਗਾਂ ਵਾਲਿਓ ਯਾਦ ਰੱਖਿਓ, ਇਸ ਤਰ੍ਹਾਂ ਭਾਈ ਸਾਹਿਬ ਸਰਦਾਰ ਜੀ ਮਨਜੀਤ ਸਿੰਘ ਵਰਗੇ ਸਿਆਣੇ ਵੀਰ ਰੋਜ਼ ਰੋਜ਼ ਨਹੀਂ ਮਿਲਦੇ ਹੁੰਦੇ ਕੌਮ ਨੂੰ, ਇਤਿਹਾਸ ਦੇ ਉੱਤੇ ਇੰਨੀ ਚੰਗੀ ਪਕੜ ਹੋਵੇ। ਜਦੋਂ ਬੋਲਦੇ ਨੇ ਇਤਿਹਾਸ ਤੋਂ ਪੂਰਨ ਜਾਣੂ, ਗੁਰਬਾਣੀ ਤੋਂ ਜਾਣੂ ਤੇ ਸਿਆਸਤ, ਉਹ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੈ। ਮਹਾਰਾਜ ਨੇ ਦੋਏ ਬਖਸ਼ਿਸ਼ਾਂ, ਦੋਨੋਂ ਗੱਫੇ ਖੁੱਲੇ ਬਖਸ਼ੇ, ਗੁਰੂ ਕੀਆਂ ਮਿਹਰਾਂ,
ਜਦੋਂ ਵਰਤਦੇ ਹਾਂ ਤਦੋਂ ਇਹ ਕੁਝ ਪ੍ਰਾਪਤ ਹੁੰਦਾ। ਖੈਰ ਮੈਂ ਗੱਲ ਨੇੜੇ ਕਰਾਂ ਹੁਣ ਮੇਰੇ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਉਹਨਾਂ ਦਾ ਆਨੰਦ ਵਿਭਾ ਹੁੰਦਾ ਉਹਨਾਂ ਦਾ ਨਾਮ ਸੰਗਤ ਜੀ ਇਤਿਹਾਸਕਾਰਾਂ ਨੇ ਮਾਤਾ ਜੀ ਨੂੰ ਸੁਲੱਖਣੀ ਵੀ ਲਿਖਿਆ ਪਰ ਜਦੋਂ ਸਤਿਗੁਰੂ ਜੀ ਨਾਲ ਉਹਨਾਂ ਦਾ ਵਿਵਾਹ ਹੋਇਆ ਤੇ ਨਾਮ ਰੱਖਿਆ ਗਿਆ ਕ੍ਰਿਸ਼ਨ ਕੌਰ। ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਤੇ ਧੰਨ ਮਾਤਾ ਕ੍ਰਿਸ਼ਨ ਕੌਰ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਕਿਉਂਕਿ ਸ਼ਿਕਾਰ ਖੇਡਣ ਦੀ ਪ੍ਰਥਾ ਗੁਰੂ ਘਰ ਵਿੱਚ ਸੀ ਚੱਲਦੀ ਸੀ। ਗੁਰੂ ਹਰਿਰਾਏ ਸਾਹਿਬ ਨੇ ਵੀ ਸ਼ਿਕਾਰ ਖੇਡਿਆ ਪਰ ਗੁਰੂ ਹਰਿਰਾਏ ਸਾਹਿਬ ਮਹਾਰਾਜ ਸ਼ਿਕਾਰ ਨੂੰ ਮਾਰਦੇ ਨਹੀਂ ਸਨ ਜਿਉਂਦਾ ਫੜਦੇ ਸਨ ਤੇ ਜੇ ਕਿਤੇ ਕੋਈ ਜ਼ਖਮੀ ਹੋ ਜੇ ਹੋ ਵੀ ਜਾਣਾ ਤੇ ਉਹਦਾ ਇਲਾਜ ਹੱਥੀ ਕਰਨਾ ਤੇ ਮਹਾਰਾਜ ਜੀ ਦਾ ਦਵਾਖਾਨਾ ਏਡਾ ਕੁ ਮਹਾਨ ਮੌਕੇ ਦਾ ਬਾਦਸ਼ਾਹ ਸ਼ਾਹਜਹਾਨ ਸਪੁੱਤਰ ਦਾਰਾ ਸ਼ਿਕੋ ਔਰੰਗਜ਼ੇਬ ਨੇ ਉਹਨੂੰ ਸ਼ੇਰ ਦੀ ਮੁੱਛ ਦਾ ਬਾਲ ਖਵਾ ਦਿੱਤਾ ਉਹ ਗਲਦਾ ਨਹੀਂ ਤੇ ਮਹਾਰਾਜ ਜੀ ਦੇ ਦਵਾਖਾਨੇ ਦੇ ਵਿੱਚੋਂ ਹਰੜ ਤੇ ਲੌਂਗ ਮਿਲਿਆ ਸੀ ਤੇ ਉਹ ਅਰੋਗ ਹੋਇਆ ਸੀ। ਖੈਰ ਸੰਗਤ ਜੀ ਹੁਣ ਮੇਰੇ ਧੰਨ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਕਲਗੀਧਰ ਜੀ ਨੇ ਕਿਹਾ ਸਿਮਰੋ ਸ੍ਰੀ ਹਰਿਰਾਏ ਸਿਮਰਨ ਕਰ ਭਾਗਾਂ ਵਾਲਿਆ ਤੈਨੂੰ ਮਨੁੱਖਾ ਜਾਮਾ ਪ੍ਰਾਪਤ ਹੋਇਆ ਹੀ ਚੇਤੇ ਰੱਖੀ ਉਹਦੀ ਰਹਿਮਤ ਦਾ ਸਦਕਾ ਤੂੰ ਦੋਏ ਵੇਲੇ ਭੋਜਨ 36 ਪ੍ਰਕਾਰ ਦੇ ਖਾ ਰਿਹਾ ਜਿਹਦੀ ਬਖਸ਼ੀ ਹੋਈ ਦੌਲਤ ਨਾਲ ਬੈਂਕ ਭਰ ਭਰ ਆਲੀ ਸ਼ਾਨ ਮਹੱਲ ਬਣਾ ਰਿਹਾ ਹੈ ਜਿਹਦੇ ਬਖਸ਼ੇ ਹੋਏ ਇਸਤਰੀ ਧੀਆਂ ਪੁੱਤਰ ਸੋਹਣਾ ਗ੍ਰਿਸ਼ਤ ਵਿੱਚ ਜੀਵਨ ਬਤਾ ਰਿਹਾ ਹੈ ਉਹ ਕੋਮਲ ਗਾਫਲਾ ਓਏ 24 ਕੁ ਘੰਟਿਆਂ ਚੋਂ ਕਦੇ ਕਿ 24 ਮਿੰਟ ਤਾਂ ਉਹਨੂੰ ਧਿਆ ਲਿਆ ਕਰ 24 ਘੰਟਿਆਂ ਚੋਂ 24 ਮਿੰਟ ਤਾਂ ਉਹਨੂੰ ਧਿਆ ਲਿਆ ਕਰ ਹਾਂਜੀ 24 ਤੇ ਬਹੁਤ ਨੇ ਜੀ ਸਾਡੇ ਕੋਲ ਟਾਈਮ ਕਿੱਥੇ ਸ਼ਾਇਰ ਕਹਿੰਦਾ ਉਹ 24 ਨਹੀਂ ਚੱਲ 12 ਹੀ ਸਹੀ 12 ਵੀ ਬਹੁਤੇ ਆ ਛੱਡ 6 ਹੀ ਸਹੀ ਇਹ ਥੋੜੀ ਬਹੁਤੀ ਤਾਂ ਜੀਭ ਹਿਲਾ ਲਿਆ ਕਰ ਨਿੰਦਿਆ ਚੁਗਲੀ ਨੂੰ ਤੇ ਬਹੁਤ ਚੱਲਦੀ ਹੈ ਤੇ ਜਦੋਂ ਸਿਮਰਨ ਕਰਨਾ ਹੋਵੇ ਫਿਰ ਨੀਂਦ ਆ ਜਾਂਦੀ ਸਾਨੂੰ ਆਖਣ ਔਖਾ ਸਾਚਾ ਨਾ ਫਿਰ ਪੰਕਤੀਆਂ ਪੜ੍ਹਦੇ ਆ ਪਰ ਯਾਦ ਰੱਖਿਓ ਮਹਾਰਾਜ ਜੀ ਕੀ ਕਹਿੰਦੇ ਆ ਉਹ ਵੇਖੀ ਕਿਤੇ ਸੱਜਣਾ ਤੇਰੇ ਨਾਲ ਵੀ ਇਹ ਭਾਣਾ ਨਾ ਵਰਤ ਜਾਵੇ ਰਹਿਣ ਗਵਾਈ ਸੋਏ ਕੇ ਦਿਵਸ ਗਵਾਇਆ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਉਹ ਮਹਾਂਮੂਰਖ ਬੰਦਾ ਹੁੰਦਾ ਜਿਹੜਾ ਆਪਣੇ ਹੀਰੇ ਨੂੰ ਕਿਸੇ ਦੀਆਂ ਕੌਡੀਆਂ ਦੇ ਨਾਲ ਬਟਾ ਕੇ ਲੈ ਆਵੇ। ਲਓ ਜੀ ਮੁੱਕਦੀ ਗੱਲ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਜਿਨ੍ਹਾਂ ਦੇ ਗ੍ਰਹਿ ਵਿਖੇ ਪਹਿਲਾਂ ਵੀ ਇੱਕ ਸਾਹਿਬਜ਼ਾਦਾ ਹੈ ਬਾਬਾ ਰਾਮ ਰਾਏ ਪਰ ਉਹ ਬਾਬਾ ਰਾਮ ਰਾਏ ਜੀ ਤੋਂ ਛੋਟੇ ਔਰ ਗੁਣਾਂ ਦੇ ਵਿੱਚ ਸਾਰਿਆਂ ਤੋਂ ਬਹੁਤ ਵੱਡੇ ਉਹ ਮੇਰੇ ਬਾਲਾ ਪ੍ਰੀਤਮ ਜੀ ਆ ਕੀਰਤਪੁਰ ਸਾਹਿਬ ਦੀ ਧਰਤੀ 7 ਜੁਲਾਈ 7 ਮਈ ਮਹੀਨਾ ਵੇਖੋ 7 ਤਰੀਕ ਤੇ ਮਹੀਨਾ ਵੀ ਜੁਲਾਈ 7 ਤੇ 7 ਮਈ ਮਹਾਰਾਜ ਜੀ ਦੇ ਘਰ ਉਹ 7 ਸਰੂਪ ਸਤਿਗੁਰੂ ਜੀ ਸੰਗਤ ਜੀ 8ਵੇਂ ਮਹਾਰਾਜ ਜਿਨ੍ਹਾਂ ਗੁਰੂ ਸਾਹਿਬ ਦੇ ਤਖ਼ਤ ਤੇ ਬਣਨਾ ਜਿਵੇਂ ਪ੍ਰਗਟ ਹੋ ਕੇ ਆ ਕੀਰਤਪੁਰ ਸਾਹਿਬ ਗੁਰੂ ਕੇ ਮਹਿਲਾਂ ਦੇ ਅੰਦਰ ਜਲਵਾਗਰ ਹੋਏ ਉਸ ਵੇਲੇ ਸੰਗਤਾਂ ਨੇ ਕਿਵੇਂ ਖੁਸ਼ੀਆਂ ਮਨਾਈਆਂ ਤੇ ਅੱਜ ਇਸ ਪਾਵਨ ਪਵਿੱਤਰ ਆਲਮਾਨਾ ਮਹਾਰਾਜ ਜੀ ਦੇ ਦਰਬਾਰ ਦੇ ਅੰਦਰ ਸਾਰੇ ਹੀ ਪ੍ਰਬੰਧਕ ਬਹੁਤ ਹੀ ਗੁਰੂ ਸਾਹਿਬ ਦੇ ਉੱਤੇ ਜਿਨ੍ਹਾਂ ਦੀ ਨਿਸ਼ਚਾ ਹੈ ਹਮੇਸ਼ਾ ਹੀ ਆਪ ਸੰਗਤ ਦੇ ਲਈ ਚੜ੍ਹਦੀ ਕਲਾ ਦੇ ਪ੍ਰੋਗਰਾਮ ਉਲੀਕਦੇ ਰਹਿੰਦੇ ਨੇ ਇੱਥੋਂ ਦਾ ਸ਼ਬਦ ਚੌਂਕੀ ਜੱਥਾ ਸਾਰੇ ਵੀਰ ਜਿਨ੍ਹਾਂ ਤੇ ਗੁਰੂ ਕੀ ਮਿਹਰ ਗੁਰਮੁਖ ਪਿਆਰੇ ਵੀਰ ਅਮਰਜੀਤ ਸਿੰਘ ਜੀ ਪਿੰਕੀ ਜੀ ਪਾਹੁਲ ਸਿੰਘ ਜੀ ਜਿਨ੍ਹਾਂ ਸਾਰਿਆਂ ਨੇ ਤੁਹਾਨੂੰ ਵਧਾਈਆਂ ਦਿੱਤੀਆਂ ਆਓ ਖਾਲਸਾ ਜੀ ਮੇਰੇ ਸਤਿਗੁਰੂ ਜੀ ਪ੍ਰਗਟ ਹੋਇਆ ਤੇ ਢਾਡੀਆਂ ਦੀ ਇੱਕ ਬੰਦਸ਼ ਆਪ ਜੀ ਦੀ ਖਿਦਮਤ ਦੇ ਵਿੱਚ ਇਹਨੂੰ ਸਾਕਾ ਕਹਿੰਦੇ ਆ ਉਹ ਕਹਿਣ ਲੱਗੇ ਆ ਔਰ ਇਸ ਸ਼ੁਰੂਆਤ ਇੱਥੋਂ ਹੁੰਦੀ ਹੈ ਜੀ ਧਨ ਧਰਤੀ ਭਾਗਾਂ ਬਾਲੜੀ ਜਿੱਥੇ ਸਤਿਗੁਰ ਆਏ ਉਹ ਕਿਹੜੀ ਧਰਤੀ ਹੈ ਸ਼੍ਰੀ ਕੀਰਤਪੁਰ ਸਾਹਿਬ ਉਦੋਂ ਜ਼ਿਲ੍ਹੇ ਹੁਸ਼ਿਆਰਪੁਰ ਦੇ ਵਿੱਚ ਪੈਂਦੇ ਸੀ ਅੱਜ ਕੀਰਤਪੁਰ ਸਾਹਿਬ ਬੇਸ਼ੱਕ
ਜ਼ਿਲ੍ਹੇ ਰੋਪੜ ਦੇ ਵਿੱਚ ਨੇ, ਉਦੋਂ ਦੁਆਬੇ ਦੀ ਧਰਤੀ ਦੇ ਵਿੱਚ ਬਹੁਤ ਵੱਡਾ ਜ਼ਿਲ੍ਹਾ ਹੁਸ਼ਿਆਰਪੁਰ ਉਸ ਜ਼ਿਲ੍ਹੇ ਦੇ ਅੰਦਰ ਕੀਰਤਪੁਰ ਦੀ ਧਰਤੀ ਤੇ ਮੇਰੇ ਸਾਹਿਬ ਪ੍ਰਗਟ ਹੋਏ ਆ। ਆਓ ਭਾਗਾਂ ਵਾਲਿਓ ਬਾਲਾ ਪ੍ਰੀਤਮ ਜੀ ਦੇ ਦੀਦਾਰ ਕਰੀਏ ਤੇ ਦੁੱਖਾਂ ਦਰਿਦਰਾਂ ਦਾ ਨਾਸ ਆਪਣੇ ਆਪ ਹੀ ਹੋ ਜਾਏਗਾ। ਧੰਨ ਗੁਰੂ ਹਰ ਰਾਏ ਸਾਹਿਬ ਜੀ ਦੇ ਪਾਵਨ ਪਵਿੱਤਰ ਗ੍ਰਹਿ। ਮੇਰੀ ਪੀਰੀ ਵਾਲੀਆਂ ਸੱਚੀਆਂ ਸਰਕਾਰਾਂ
ਜਿਨ੍ਹਾਂ ਨੇ ਬਾਪੂ ਨੂੰ ਪ੍ਰੇਮ ਬਖਸ਼ਿਆ ਤੇ ਉਸ ਬਾਬਲ ਨੇ ਬੇਸ਼ੱਕ 5 ਵਰੇ ਦੀ ਆਯੂ ਦੁਨਿਆਵੀ ਗਣੀ ਹੈ ਕੁਝ ਨਹੀਂ, ਪਰ ਸਤਿਗੁਰੂ ਜੀ ਦੁਨਿਆਵੀ ਨਹੀਂ, ਉਹ ਸ੍ਰਿਸ਼ਟੀ ਦੇ ਮਾਲਕ ਨੇ। ਸੰਗਤ ਜੀ ਉਹ ਜੋਤ ਸਰੂਪ ਨੇ, ਜੋਤ ਮੇਰੇ ਸਤਿਗੁਰੂ ਜੀ ਦਾ ਪ੍ਰਕਾਸ਼ ਹੁੰਦਾ ਬਚਪਨ ਦੇ ਅੰਦਰ। ਐਸੇ ਕੌਤਕ ਨੇ ਮਹਾਰਾਜ ਜੀ ਦੇ, ਬਾਬਾ ਰਾਮ ਰਾਏ ਜੀ ਵੀ ਸਜਦੇ ਨੇ। ਬਾਬਾ ਰਾਮ ਰਾਏ ਜੀ ਵੀ ਕੋਈ ਘੱਟ ਸ਼ਕਤੀਆਂ ਦੇ ਮਾਲਕ ਨਹੀਂ ਸਨ, 72 ਕਰਾਮਾਤਾਂ ਔਰੰਗਜ਼ੇਬ ਨੂੰ ਇੱਥੇ ਦਿਖਾਈਆਂ ਸਨ ਉਹਨੇ, ਔਰ ਸੰਗਤ ਜੀ ਜੜਾਂ ਹਿਲਾ ਕੇ ਰੱਖ ਦਿੱਤੀਆਂ ਸਨ। ਵੱਡੇ ਵੱਡੇ ਕਾਜੀ, ਵੱਡੇ ਵੱਡੇ ਕਹਿੰਦੇ ਕਹਾਉਂਦੇ ਆਲਮ ਫਾਲਮ ਫਾਜ਼ਲ ਵਿਦਵਾਨ, ਉਹਨਾਂ ਦੀਆਂ ਜ਼ਬਾਨਾਂ ਧੂਣ ਤੱਕ ਜਦੋਂ ਬਾਬਾ ਜੀ ਨੇ ਬਚਨ ਕਹਿ ਦਿੱਤੇ ਡਰਦਾ ਕੋਈ ਸਾਹਮਣੇ ਬੋਲਦਾ ਨਹੀਂ ਸੀ ਹੁੰਦਾ, ਹੱਥਾਂ ਦੇ ਵਿੱਚ ਖਿੱਚ ਕੇ ਮੱਕਾ ਵਿਖਾ ਦਿੱਤਾ, ਬਿਨਾਂ ਹੀ ਕੋਈ ਕੱਪੜਾ ਵਿਛਾਇਆ ਖੂਹ ਦੇ ਵਿੱਚ ਉਸੇ ਤਰ੍ਹਾਂ ਸਜ ਗਏ, ਬੜਾ ਕੁਛ ਸੀ ਕੋਲ। ਪਰ ਸੰਗਤ ਜੀ ਇੱਕ ਬਚਨ ਚੇਤੇ ਰੱਖਣਾ, ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਬਚਨ ਕਹਿੰਦੇ ਨੇ, ਰੋਜ਼ ਪੜ੍ਹਦੇ ਹੋ ਸ੍ਰੀ ਜਪਜੀ ਸਾਹਿਬ ਦਾ ਪਾਠੀ ਰੋਜ਼ ਪੜ੍ਹਦਾ। ਮਹਾਰਾਜ ਕਹਿੰਦੇ ਜੇ ਜੁਗ ਚਾਰੇ ਆਰਜਾ ਹੋਰ ਦਸੋਣੀ ਹੋਏ, ਪੜੋ ਜੀ, ਨਵਾਂ ਖੰਡਾ ਵਿੱਚ ਨਾਲ ਚੱਲੇ ਸਭ ਕੋਈ, ਚੰਗਾ ਨਾਂ ਉਹ ਰਖਾਏ ਕਹਿ ਜਸ ਕੀਰਤ ਜਗ ਲੇ। ਪਰ ਮਹਾਰਾਜ ਕਹਿੰਦੇ ਜੇ ਤਿਸ ਨਜ਼ਰ ਨਾ ਆਏ ਤਾਂ ਬਾਤ ਨਾ ਪੁੱਛੇ, ਜੇ ਉਹਦੀ ਨਜ਼ਰ ਨਹੀਂ, ਜੇ ਉਸਦੀ ਬਖਸ਼ਿਸ਼ ਨਹੀਂ ਤੇ ਕੋਈ ਨੀ ਪੁੱਛਦਾ। ਚੇਤੇ ਰੱਖਣਾ ਇਹ ਜਿਹੜਾ ਨਾਮ ਮਿਲਦਾ ਉਹਦੀ ਬਖਸ਼ਿਸ਼ ਨਾਲ ਮਿਲਦਾ ਨਹੀਂ ਮਿਲਦਾ। ਐਸੇ ਵੀ ਲੋਕ ਨੇ ਅਰਬ ਖਰਬ ਪਤੀ ਹੋਣਗੇ ਪਰ ਕੋਈ ਜਾਣਦਾ ਨਹੀਂ। ਤੇ ਸੰਗਤ ਜੀ ਗੁਰੂ ਨਾਨਕ ਦੇ ਘਰ ਵਿੱਚ ਐਸੇ ਵੀ ਹੋਏ ਨੇ, ਇਤਿਹਾਸ ਦੱਸਦਾ ਉਹਨਾਂ ਕੌਡੀ ਮੱਥਾ ਟੇਕੀ ਤੇ ਮਹਾਰਾਜ ਨੇ ਉਹਦੀ ਕੌਡੀ ਲੈ ਕੇ ਉਸ ਨੂੰ ਹੀ ਆਪਣੇ ਬੋਝੇ ਦੇ ਵਿੱਚ ਪਾ ਲਿਆ, ਔਰ ਐਸਾ ਪਿਆਰ ਬਖਸ਼ਿਆ ਉਹ ਅੱਜ ਤਾਈਂ ਅਮਰ ਨੇ। ਪਿਆਰ ਗੁਰੂ ਨਾਨਕ ਦਾ ਘਰ ਹੈ ਦੁਖੀਆਂ ਦਾ ਆਸ਼ਿਆਨਾ, ਇਹ ਮਿਹਰਾਂ ਤੇ ਮੁਹੱਬਤਾਂ ਦਾ ਭਰਿਆ ਪਿਆ ਖਜ਼ਾਨਾ। ਸੰਗਤ ਜੀ ਇੱਥੇ ਮਿੱਤਰਾਂ ਦੀ ਗੱਲ ਕੀ, ਇੱਥੇ ਤੇ ਦੁਸ਼ਮਣਾਂ ਨੂੰ ਵੀ ਦੁਸ਼ਮਣ ਨਹੀਂ ਸਮਝਿਆ ਜਾਂਦਾ। ਇੱਕ ਪੰਡਿਤ ਸੀ ਕੀਰਤਪੁਰ ਸਾਹਿਬ ਦੀ ਧਰਤੀ, ਉਹ ਪੰਡਿਤ ਸਤਿਗੁਰੂ ਜੀ ਦੇ ਉਲਟ ਬੋਲਿਆ ਕਰੇ, ਓਏ ਆ ਕੱਲ ਦਾ ਬੱਚਾ ਇਹਨਾਂ ਨੂੰ ਗੁਰੂ ਵੰਸ਼ ਹੋਣ ਕਰਕੇ ਤਖਤ ਦੇ ਦਿੱਤਾ, ਇੱਦਾਂ ਥੋੜੀ ਤਖਤ ਦੇਣੇ ਚਾਹੀਦੇ ਨੇ। ਬਹੁਤ ਧੱਕਾ ਹੋਇਆ, ਬਾਬਾ ਰਾਮ ਰਾਏ ਜੀ ਦਾ ਜ਼ਿਕਰ ਕਰੇ ਸੰਗਤ ਜੀ, ਉਸ ਨੂੰ ਨਿੰਦਿਆ ਕਰਨ ਕਰਕੇ ਘੋੜ ਹੋ ਗਿਆ ਘੋੜ। ਕੀਰਤਪੁਰ ਸਾਹਿਬ ਦੀ ਧਰਤੀ ਕੋੜ ਐਸਾ ਵੱਧਦਾ ਗਿਆ, ਐਸਾ ਵੱਧਦਾ ਗਿਆ, ਉਹਦੇ ਸਰੀਰ ਦੇ ਵਿੱਚੋਂ ਪਸ ਪਾਕ ਜਿਹਨੂੰ ਕਹਿੰਦੇ ਹੋ, ਤੇ ਉਹਦੇ ਸਰੀਰ ਵਿੱਚੋਂ ਲਹੂ ਚੋਣਾ ਸ਼ੁਰੂ ਹੋ ਗਿਆ। ਹੌਲੀ ਹੌਲੀ ਇਹ ਜਿਹੜਾ ਚਮੜਾ ਹੈ, ਚਮ ਹੈ, ਸਕਿਨ ਹੈ, ਰਿਮੂਵ ਹੋ ਗਈ, ਆ ਚਮੜੀ ਲੈ ਗਈ, ਹੱਡੀਆਂ ਨੰਗੀਆਂ ਆਉਣੀਆਂ ਸ਼ੁਰੂ ਹੋ ਗਈਆਂ, ਆਪਣੇ ਘਰਦਿਆਂ ਵੀ ਖਹਿੜਾ ਛਡਾ ਲਿਆ, ਘਰੋਂ ਕੱਢ ਦਿੱਤਾ, ਬਾਹਰ ਇੱਕ ਕੁੱਲੀ ਜੀ ਪਾ ਦਿੱਤੀ, ਗਲ ਦੇ ਵਿੱਚ ਟਿੰਡ ਬੰਨ ਦਿੱਤੀ, ਕਿਸੇ ਨੂੰ ਤਰਸ ਆਉਂਦਾ ਤੇ ਉਹਦੇ ਵਿੱਚ ਕੁਝ ਪਾ ਦਿੰਦਾ। ਸੰਗਤ ਜੀ ਇੱਕ ਦਿਨ ਜਿਹੜੇ ਚੁਗਲਖੋਰ ਈਰਖਾ ਵਾਲੇ ਦੂਈ ਦਵੈਸ਼ ਰੱਖਣ ਵਾਲੇ ਉਹਨਾਂ ਸੋਚਿਆ ਜਿੱਥੋਂ ਮਹਾਰਾਜ ਜੀ ਪਾਲਕੀ ਵਿੱਚ ਲੰਘਣਗੇ ਉੱਥੇ ਲਿਜਾ ਕੇ ਸੁੱਟ ਦਿਓ ਸਤਿਗੁਰੂ ਜੀ ਦੇ ਸਨਮੁੱਖ। ਸੰਗਤ ਜੀ ਮੇਰੇ ਸਤਿਗੁਰੂ ਜੀ ਦੀਆਂ ਪਾਲਕੀ ਲੰਘਣ ਲੱਗੀ, ਲਓ ਮੈਂ ਆਖਰੀ ਨਗਮਾ ਹੀ ਜੋ ਆਪ ਜੀ ਚਾਹ ਕੇ ਸੁਣਦੇ ਹੋ, ਕਹਿ ਕੇ ਸੁਣਦੇ ਹੋ, ਉਹੀ ਕਹਿ ਕੇ ਫਿਰ ਸਮਾਪਤੀ ਕਰਦੇ ਹਾਂ, ਕਿਉਂਕਿ ਹੋਰ ਵੀ ਵਿਦਵਾਨ ਜਥੇ ਔਰ ਗੁਰੂ ਕੇ ਪਿਆਰੇ ਮੁੱਖ ਸੇਵਾਦਾਰ ਸਾਹਿਬ ਉਹਨਾਂ ਵੀ ਬੋਲਣਾ, ਆਓ ਆਖਰੀ ਨਗਮਾ ਕਹਿਣ ਲੱਗਾ। ਪਰ ਆ ਬਚਨ ਸੁਣਿਓ ਪ੍ਰੇਮ ਨਾਲ, ਕੋੜੀ ਹੋ ਗਿਆ ਅੱਜ
ਕੁਝ ਲੋਕਾਂ ਨੇ ਸ਼ਰਾਰਤ ਦੇ ਨਾਲ ਕਿ ਕੋਲੋਂ ਲੰਘ ਜਾਣਗੇ, ਗੁਰੂ ਹਰਕ੍ਰਿਸ਼ਨ ਸਾਹਿਬ ਰੌਲਾ ਪਾਵਾਂਗੇ ਰੌਲਾ। ਗੁਰਮੁਖ ਪਿਆਰੇ ਗੁਰੂ ਗੁਰੂ ਦੀਆਂ ਰੱਟ ਲਾ ਕੇ ਗੁਰੂ ਗੁਰੂ ਰੋਮ ਰੋਮ ਦੇ ਵਿੱਚੋਂ ਸੱਚੇ ਪਾਤਸ਼ਾਹ ਜੀ ਦੀ ਮਿਹਰ ਦੇ ਨਾਲ ਜਿਨ੍ਹਾਂ ਦੇ ਗੁੰਜਾਰਾਂ ਪਾਉਂਦਾ ਭਾਈ ਸਾਹਿਬ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ, ਉਹਨਾਂ ਨੇ ਆਪ ਜੀ ਨੂੰ ਨਿਹਾਲ ਕਰਨਾ ਪਹੁੰਚ ਗਏ ਨੇ। ਆਖਰੀ ਨਗਮਾ ਮੈਂ ਕਵਾਂ ਹੱਲੇ ਦੇ ਨਾਲ, ਭਾਗਾਂ ਵਾਲਿਓ ਆਪਦਾ ਸਰੀਰ ਪਿਆ, ਸਰੀਰ ਦੇ ਵਿੱਚੋਂ ਬਹੁਤ ਬਦਬੋ ਆ ਰਹੀ ਹੈ, ਸਾਰੇ ਮੁੱਖ ਦੇ ਉੱਤੇ ਕੱਪੜਾ ਲੈ ਕੇ ਕੋਈ ਇੱਧਰ ਭੱਜਿਆ ਕੋਈ ਉੱਧਰ ਭੱਜਿਆ, ਪਰ ਮਹਾਰਾਜ ਜੀ ਦੀ ਪਾਲਕੀ ਜਦੋਂ ਕੋਲ ਗਈ ਗੁਰੂ ਹਰਕ੍ਰਿਸ਼ਨ ਸਾਹਿਬ ਕਹਿੰਦੇ ਰੋਕੋ ਭਾਈ ਪਾਲਕੀ ਰੋਕੋ, ਪਾਲਕੀ ਮਹਾਰਾਜ ਜੀ ਥੋੜ੍ਹੀ ਅੱਗੇ ਕਰਕੇ ਰੋਕ ਦਈਏ। ਮਹਾਰਾਜ ਕਹਿੰਦੇ ਕਿਉਂ? ਮਹਾਰਾਜ ਇੱਕ ਕੋਹੜੀ ਪਿਆ, ਉਹਦੇ ਸਰੀਰ ਚੋਂ ਬਦਬੋ ਆ ਰਹੀ ਹੈ। ਮਹਾਰਾਜ ਕਹਿੰਦੇ ਉਹਦੇ ਕੋਲ ਰੋਕੋ, ਉਹਦੇ ਕੋਲ ਰੋਕ ਦਿੱਤਾ ਗਿਆ। ਆ ਖਿਆਲ ਕਰਿਓ ਜੀ, ਪਾਲਕੀ ਕੋਲ ਰੋਕ ਦਿੱਤੀ, ਮਹਾਰਾਜ ਜੀ ਬਾਹਰ ਨਿਕਲੇ। ਜਦੋਂ ਸਤਿਗੁਰੂ ਜੀ ਉਹਦੇ ਕੋਲ ਗਏ ਕਹਿਣ ਲੱਗੇ ਹਾਂ ਪੁਰਖਾ ਤੈਨੂੰ ਕੀ ਤਕਲੀਫ ਹੈ, ਤੈਨੂੰ ਕੀ ਦੁੱਖ ਹੈ। ਇੰਨੇ ਕਹਿਣ ਦੀ ਦੇਰ ਸੀ ਤਾਂ ਹੀ ਰੋ ਪਿਆ। ਕਿਸੇ ਦੁਖੀਏ ਨੂੰ ਉਹਦਾ ਦੁੱਖ ਪੁੱਛ ਲਓ ਨਾ, ਉਹ ਤਾਂ ਮਾਰ ਕੇ ਰੋ ਪੈਂਦਾ, ਉਹ ਫੁੱਟ ਪਿਆ ਰੋਂਦਿਆਂ ਰੋਂਦਿਆਂ। ਜਦੋਂ ਬੇਹਾਲ ਹੋਇਆ ਬੇਸੁਰਤ ਹੋਇਆ, ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਆਪਣੀ ਗਲਵੱਕੜੀ ਵਿੱਚ ਲੈ ਲਿਆ। ਕੋੜੀ ਸਰੀਰ ਉਹਦਾ ਸਾਰਾ ਹੀ ਚਮੜੀ ਲੱਥੀ ਹੋਈ ਆ, ਪਰ ਵੇਖੋ ਬਾਲਾ ਪ੍ਰੀਤਮ ਜੀ ਜੋ ਕਲਗੀਧਰ ਜੀ ਨੇ ਕਿਹਾ ਨਾ ਜੀ, ਆਓ ਪੜੀਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਪੜਨ ਮਾਤਰ ਹੀ ਨਹੀਂ ਮਹਾਰਾਜ ਦੀ ਬਾਣੀ ਹੈ। ਗੁਰਮੁਖ ਪਿਆਰਿਓ ਅੱਖਰ ਅੱਖਰ ਤੇ ਭਰੋਸਾ ਰੱਖੋ, ਔਰ ਇਹ ਬਾਣੀ ਤਾਰ ਦੀਏ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹੇ ਵਖਾਨਿਓ। ਜੇ ਆਜ ਜੀ ਵਿੱਚ ਕਿਹਾ ਨਾ ਜੀ ਹਾਂ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਓ ਜੀਓ, ਤੇ ਦਸਮ ਜੀ ਵਿੱਚ ਵੀ ਕਹਿ ਦਿੱਤਾ ਇਹ ਮਹਾਰਾਜ ਤੁਹਾਡੀ ਕਿਰਪਾ ਨਾਲ ਹੀ ਲਿਖ ਰਹੇ, ਅਸੀਂ ਆਪਣੇ ਕੋਲੋਂ ਕੁਝ ਨਹੀਂ ਕਹਿੰਦੇ। ਖੈਰ ਸੰਗਤ ਜੀ ਆ ਤੱਕੋ ਜਰਾ, ਉਹ ਕੋਹੜੀ ਦੇ ਜਿੱਥੇ ਜਿੱਥੇ ਰੁਮਾਲ ਮਹਾਰਾਜ ਜੀ ਛੁਆਈ ਜਾਂਦੇ ਨੇ ਰੋਗ ਹੋਈ ਜਾਂਦਾ, ਦੁੱਖ ਮਿਟੀ ਜਾਂਦੇ ਨੇ, ਉਹ ਹੱਥ ਜਿਹੜਾ ਸਿਰ ਤੇ ਚਲੇ ਜਾਏ ਤੇ ਨਾ ਲੋਕਾਂ ਦੀ ਸੋਝੀ ਹੋ ਜਾਂਦੀ ਏ। ਉਹ ਨਜ਼ਰ ਜਿਹੜੀ ਨਜ਼ਰ ਇੱਕ ਵਾਰੀ ਪੈ ਗਈ, ਪਹਿਲੇ ਜਾਮੇ ਪਈ ਸੀ ਨਾ ਕੌੜੇ ਰੀਠੇ ਤੇ, ਅੱਜ ਤੱਕ ਮਿੱਠਾ। ਉਹ ਠੱਗਾਂ ਨੂੰ ਸੱਜਣ ਬਣਾਉਣ ਵਾਲੀ, ਉਹ ਰਾਕਸ਼ਾਂ ਨੂੰ ਤਾਰਨ ਵਾਲੀ ਨਜ਼ਰ, ਇਹ ਸਿਰਫ ਖੁਸ਼ੀ ਦੇ ਮੌਕੇ ਤੇ ਪੜਨ ਵਾਸਤੇ ਹੀ ਨਹੀਂ ਸ਼ਬਦ, ਕੁਝ ਐਸੇ ਸ਼ਬਦ ਨੇ ਅਸੀਂ ਗਿਣਤੀ ਮਿਣਤੀ ਕਰ ਲਈ ਪਿਆ ਜੀ ਉਸ ਵੇਲੇ ਹੀ ਪੜਨੇ। ਲਾਵਾਂ ਦਾ ਪਾਠ ਜਦੋਂ ਗੁੱਡੀ ਕਾਕੇ ਦਾ ਆਨੰਦ ਘਰ ਜੋ ਉਦੋਂ ਹੀ ਕਰਨਾ, ਪਰ ਰੱਬ ਦੇ ਪਿਆਰੇ ਭਾਗਾਂ ਵਾਲੇ ਰੋਜ਼ ਪੜ੍ਹਦੇ ਨੇ ਚੜ੍ਹਦੀ ਕਲਾ। ਉਹ ਕਈ ਜਿਹੜੇ ਰੋਜ਼ ਪੜ੍ਹਦੇ ਆਪ ਤੇ ਪੜ੍ਹਨਾ ਨਹੀਂ ਹੁੰਦਾ, ਮੇਰੇ ਵਰਗਿਆਂ ਨੇ ਉਹਨਾਂ ਨੂੰ ਹਟਾ ਦਿੰਦੇ ਆ, ਉਹ ਇਹ ਨਾ ਪੜ੍ਹਿਆ ਕਰ, ਆਂਦੇ ਕਿਉਂ, ਆਂਦੇ ਵਿਆਹ ਹੋ ਜੂ ਮੁੜ ਕੇ, ਡਰਾਉਂਦੇ ਨੇ। ਉਹ ਲਾਵਾਂ ਸਿਰਫ ਵਿਆਹ ਵਾਸਤੇ ਥੋੜ੍ਹੀ ਨੇ, ਉਹ ਲਾਵਾਂ ਤੇ ਮਹਾਰਾਜ ਪ੍ਰਭੂ ਦਾ ਮੜਾਪ ਹੈ, ਉਹ ਅਵਸਥਾ ਹੈ। ਹੁਣ ਅਸੀਂ ਤੇ ਉਹ ਗਿਣਤੀ ਮਿਣਤੀ ਕਰ ਲਈ ਹਮ ਘਰ ਸਾਜਨ ਆਏ। ਜਿਵੇਂ ਅਸੀਂ ਕੁਝ ਦਿਨ ਪਹਿਲਾਂ ਇੱਕ ਪ੍ਰੋਗਰਾਮ ਤੇ ਗਏ ਤੇ ਉੱਥੇ ਗ੍ਰੰਥੀ ਸਿੰਘ ਨੇ ਗੱਲ ਸੁਣਾਈ, ਆਂਦਾ ਜੀ ਇੱਕ ਦਿਨ ਅਜੀਬ ਹੀ ਜੰਜ ਆਈ, ਆਈ ਵੀ ਸੁਖਨਾ 3 ਵਜੇ, ਦੁਪਹਿਰ ਵੀ ਟੱਪ ਗਿਆ ਤੇ ਆ ਕੇ ਕਹਿਣ 12 ਵਜੇ ਤੋਂ ਪਹਿਲਾਂ ਆਨੰਦ ਕਾਰਜ ਕਰਨੇ ਆ। ਗਿਆਨੀ ਕਹਿੰਦਾ ਹੁਣ ਤੇ ਰਾਤ ਦੇ 12 ਤੋਂ ਪਹਿਲਾਂ ਹੋਣੇ, ਦਿਨ ਵਾਲੇ ਤੇ ਲੰਘ ਗਏ, ਚੇਤਾ ਹੀ ਕੋਈ ਨਹੀਂ। ਆਂਦੇ ਮੈਨੂੰ ਆ ਕੇ ਕਹਿੰਦੇ ਪੜ੍ਹ ਸ਼ਬਦ, ਕੋਈ ਜੰਜ ਦਾ ਸ਼ਬਦ ਤੇ ਪੜ੍ਹ। ਆਂਦਾ ਮੈਂ ਕਿਹਾ ਜੀ ਸਾਰੇ ਹੀ ਪੜ੍ਹਿਆ, ਤੁਹਾਡੇ ਮੂੰਹ ਵੇਖੋ ਕਿਹੋ ਜਿਹੇ ਕਾਲੇ ਕਲੂਟੇ, ਭੈੜੀਆਂ ਭੈੜੀਆਂ ਸ਼ਕਲਾਂ, ਮੈਂ ਫਿਰ ਵੀ ਆਖੀ ਜਾਂਦਾ ਗੁਰਮੁਖ ਵੀ ਆਹਣਾ ਆਇਆ ਤੇ ਫਿਰ ਵੀ ਹਾਲੇ ਤੁਹਾਨੂੰ ਚੰਗਾ ਨਹੀਂ ਲੱਗਦਾ? ਆਂਦੇ ਨੇ ਜੰਜ ਵਾਲਾ ਪੜ੍ਹ, ਜੰਜ ਵਾਲਾ।
ਮੈਂ ਕਿਹਾ ਜੀ ਗਿਆਨੀ ਜੀ ਫਿਰ ਕਿਹੜਾ ਪੜ੍ਹਿਆ? ਕਹਿੰਦਾ ਜੀ ਫਿਰ ਮੈਂ ਪੜ੍ਹ ਦਿੱਤਾ ਪਾਪ ਕੀ ਜੰਝ ਲੈ ਕਾਬਲੋਂ ਧਾਇਆ। ਮੈਂ ਕਿਹਾ ਫਿਰ ਤੇ ਗੁੱਸੇ ਹੋ ਗਏ ਹੁਣੇ? ਆਂਦੇ ਗੁੱਸੇ ਕਾਹਨੂੰ, ਉਹਨਾਂ ਨੂੰ ਤੇ ਚਾਹੀ ਬੜਾ ਚੜਿਆ। ਕਹਿੰਦੇ ਗਿਆਨੀ ਜੀ ਗੱਲਾਂ ਹੀ ਹੋਣੀ ਬੜੀਆਂ, ਨਾ ਆਉਣਾ ਚਾਹੀਦਾ ਜੰਝ ਦਾ, ਇਹ ਨਹੀਂ ਪਤਾ ਇਹਦਾ ਮੀਨਿੰਗਸ ਕੀ ਆ, ਇਹਦਾ ਮਤਲਬ ਕੀ ਆ। ਇਹੋ ਜਿਹੇ ਲੋਕ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਭਿੰਡਰਾਂ ਵਾਲੇ ਵੀ ਕਹਿੰਦੇ ਹੁੰਦੇ ਸੀ। ਆਂਦੇ ਮੁੜ ਮੁੜ ਕੇ ਕੋਈ ਆਖੀ ਜਾਵੇ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰ ਸੇਕੇ ਬੰਧਨ ਕਾਟੇ, ਉਹ ਕੋਈ ਕਹਿੰਦਾ ਗੁਰਮੁਖਾ ਗਾਂ ਵੀ ਪੜ੍ਹ, ਆਂਦਾ ਵੀਰਾ ਤੂੰ ਵੀ ਪੜ੍ਹ ਲਾ ਸਾਰਾ, ਕਿਤੇ ਮੈਂ ਹੀ ਪੜ੍ਹਨਾ। ਜਿਹੜੀ ਤੇ ਫਿੱਟ ਪੈਂਦੀ ਉਹ ਤੇ ਸਾਡੀ ਪੰਗਤੀ, ਜਿਹੜੀ ਨਹੀਂ ਪੈਂਦੀ ਉਹ ਦੂਜਿਆਂ ਦੀ। ਇਸੇ ਤਰ੍ਹਾਂ ਹੀ ਕੁਝ ਲੋਕ ਅੱਜ ਕੁਝ ਪੰਕਤੀਆਂ ਲੈ ਕੇ ਮਹਾਰਾਜ ਦੀ ਬਾਣੀ ਤੇ ਕਿੰਤੂ ਕਰੀ ਜਾਂਦੇ ਆ, ਬਾਣੇ ਤੋਂ ਕਿੰਤੂ ਕਰੀ ਜਾਂਦੇ ਨੇ। ਚੇਤੇ ਰੱਖਿਓ ਹਸ਼ਰ ਬੜਾ ਮਾੜਾ ਹੁੰਦਾ। ਆ ਪੰਡਿਤ ਦਾ ਹਾਲ ਕੀ ਹੋਇਆ? ਕੋੜੀ ਹੋ ਗਿਆ ਸੀ, ਨਿੰਦਿਆ ਹੀ ਕਰਦਾ ਸੀ ਗੁਰੂ ਦੀ ਨਿੰਦਿਆ। ਉਹ ਗੁਰ ਕੀ ਨਿੰਦਾ ਸੁਣੇ ਨਾ ਕਾਨ, ਨਹੀਂ ਸੁਣਦੇ ਬਾਬੇ ਫੌਜਾ ਸਿੰਘ ਵਰਗੇ। ਖਾ ਜਾਂਦੇ ਨੇ ਹੱਸ ਹੱਸ ਕੇ ਗੋੜੀਆਂ, ਦੇ ਜਾਂਦੇ ਨੇ ਕੁਰਬਾਨੀਆਂ, ਪਰ ਚੇਤੇ ਰੱਖਿਓ ਉਹ ਮਰ ਕੇ ਵੀ ਨਹੀਂ ਮਰਦੇ। ਜਿਹੜੇ ਮਰਨੋਂ ਡਰਦੇ ਨੇ ਉਹ ਨਿੱਤ ਮਰਦੇ ਨੇ, ਜਿਹੜੇ ਮਰਨੋਂ ਨਹੀਂ ਡਰਦੇ ਉਹ ਮਰ ਕੇ ਵੀ ਨਹੀਂ ਮਰਦੇ। ਆਓ, ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ, ਅਸੀਂ ਕਿਸੇ ਦੇ ਪੈਰੀ ਨਹੀਂ। ਉਹ ਵੈਰ ਕਰਦਾ ਸੀ, ਉਹਨੂੰ ਵੀ ਪਿਆਰ ਬਖਸ਼ ਦਿੱਤਾ, ਅਰੋਹ ਕਰ ਦਿੱਤਾ। ਉਹ ਪੰਡਿਤ ਉਹ ਵੀ ਤਾਂ ਤਿੜਕੇ ਹੀ ਆਇਆ ਸੀ, ਕਹਿੰਦਾ ਜੀ ਕੀ ਘਾਉਂਦੇ ਫਿਰਦੇ ਹੋ, ਹਰੀ ਕ੍ਰਿਸ਼ਨ। ਓਏ, ਉਹ ਤੇ ਕ੍ਰਿਸ਼ਨ ਮਰਾਰੀ ਹੋਇਆ ਦੁਆਪਰ ਚ, ਤੁਸੀਂ ਹਰੀ ਕ੍ਰਿਸ਼ਨ ਬਣੇ ਫਿਰਦੇ ਹੋ? ਬੜੀ ਵਾਰੀ ਤੁਸੀਂ ਇਹ ਸਾਖੀ ਸੁਣੀ ਹੈ, ਭਾਗਾਂ ਵਾਲਿਓ, ਪਰ ਚੇਤੇ ਰੱਖਿਓ ਇਹ ਇਤਿਹਾਸ ਪੁਰਾਣਾ ਨਹੀਂ ਹੋਣਾ, ਜਿੰਨਾ ਮਰਜ਼ੀ ਸੁਣਾਈ ਜਾਈਏ, ਕਿਉਂਕਿ ਸੱਚ ਪੁਰਾਣਾ ਨਾ ਥੀ ਹੈ। ਨਾਮ ਨਾ ਮੈਲਾ ਹੋਏ, ਨਾਮ ਨੂੰ ਮਲ ਨਹੀਂ ਲੱਗਦੀ। ਅੰਤ ਮੇਰੇ ਬਾਲਾ ਪ੍ਰੀਤਮ ਜੀ ਪਜੋਖਰਾ ਸਾਹਿਬ ਦੇ ਪਾਵਨ ਪਵਿੱਤਰ ਅਸਥਾਨ ਨੂੰ ਪ੍ਰਗਟ ਕਰਦੇ, ਉੱਥੇ ਮਹਾਨ ਕੌਤਕ ਵਰਤਾਉਂਦੇ। ਇਸ ਦਿੱਲੀ ਦੀ ਧਰਤੀ ਤੇ ਆਏ ਰਾਣੀ ਨੇ, ਜੈ ਸਿੰਘ ਦੀ ਰਾਣੀ ਨੇ, ਉਹ ਜੈਪੁਰੀਏ ਰਾਣੀ ਨੇ ਮਹਾਰਾਜ ਉੱਤੇ ਇੱਕ ਤਰਕ ਕੀਤਾ। ਬਚਪਨ ਹੈ ਕੀ ਪਤਾ, ਗੁਰੂ ਵੰਸ਼ ਹੋਣ ਕਰਕੇ ਕਿਤੇ ਗੁਰੂ ਦੀ ਦਾਤ ਨਾ ਮਿਲ ਗਈ ਹੋਵੇ। ਸੰਗਤ ਜੀ, ਆਪ ਗੋਲੀਆਂ ਵਾਲੇ ਕੱਪੜੇ ਪਾ ਕੇ ਆਮ ਵਿੱਚ ਸਜ ਗਏ ਤੇ ਇੱਕ ਗੋਲੀ ਨੂੰ ਪਲੰਘੇ ਤੇ ਬਿਠਾ ਦਿੱਤਾ। ਆਂਦੇ ਦੱਸੋ ਜੀ ਰਾਣੀ ਕੌਣ ਹੈ? ਧੰਨ ਬਾਲਾ ਪ੍ਰੀਤਮ ਜੀ, ਛੜੀ ਹੋਈ ਜਿਹੜੀ ਮਿਹਰ ਵਾਲੀ। ਹੁਣ ਮਹਾਰਾਜ ਜੀ ਇੱਕ ਦੇ ਸਿਰ ਤੇ ਰੱਖੀ, ਸਾਰਿਆਂ ਦੇ ਮੂੰਹ ਵੱਡੇ ਰਹਿ ਗਏ ਵੀ ਇਹ ਤੇ ਰਾਣੀ ਨਹੀਂ, ਪਰ ਮਹਾਰਾਜ ਜੀ ਨੇ ਛੜੀ ਰੱਖ ਕੇ ਕਹਿੰਦੇ ਇਹ ਨਹੀਂ ਰਾਣੀ, ਇਹ ਵੀ ਨਹੀਂ ਰਾਣੀ, ਇਹ ਵੀ ਨਹੀਂ ਰਾਣੀ, ਆਹ ਹੈ ਰਾਣੀ ਜਿਹੜੀ ਗੋਲੀ ਬੈਠੀ ਸੀ ਬਣ ਕੇ। ਪਰ ਮਹਾਰਾਜ ਕਹਿੰਦੇ ਪਰਖਾਂ ਨਹੀਂ ਕਰੀਦੀਆਂ ਹੁੰਦੀਆਂ ਗੁਰੂ ਕੇ ਪਿਆਰਿਆਂ ਦੀਆਂ, ਅਸੀਂ ਤੇ ਪ੍ਰੇਮ ਦੇ ਬੱਧੇ ਆਏ ਹਾਂ। ਓਏ, ਜੇ ਇਸ ਤਰ੍ਹਾਂ ਹੀ ਸੀ ਫਿਰ ਤੇ ਔਰੰਗਜ਼ੇਬ ਵੀ ਨਾਟਕ ਚੇਟਕ ਵੇਖਣੇ ਚਾਹੁੰਦਾ, ਪਰ ਚੇਤੇ ਰੱਖਿਓ ਨਾ ਮਲੇਸ਼ ਕੋ ਦਰਸ਼ਨ ਦੇ ਹੈ, ਉਹ ਦੁਸ਼ਟ ਮਲੇਸ਼ ਦੇ ਮੱਥੇ ਨਹੀਂ ਲੱਗਣਾ ਤੇ ਨਹੀਂ ਲੱਗੇ। ਸੱਚਖੰਡ ਵੀ ਮਹਾਰਾਜ ਜੀ ਚਲੇ ਗਏ ਤੇ ਉਹ ਯਤਨ ਕਰਦਾ ਰਿਹਾ, ਤੇ ਜਦੋਂ ਮਹਾਰਾਜ ਜੀ ਮੁਖੜਾ ਵੇਖਣ ਲੱਗਾ ਤੇ ਬੇਸੁਰਤ ਹੋ ਕੇ ਡਿੱਗ ਪਿਆ, ਉੱਥੋਂ ਚੁੱਕ ਕੇ ਲਿਆਂਦਾ ਸੀ ਔਰੰਗਜ਼ੇਬ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਹੁਤ ਬਲੀ ਨੇ। ਸੰਗਤ ਜੀ, ਉਦੋਂ ਹੀ ਨਹੀਂ ਅੱਜ ਵੀ ਹਾਜ਼ਰ ਨੇ, ਮੈਂ ਬੇਨਤੀ ਕਰਾਂ। ਪਹਿਲਾਂ ਵੀ ਕਿਹਾ ਸੀ ਨਾ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰੂ ਨਾਨਕ ਜਨ ਸੁਣਿਆ ਪੇਖਿਆ, ਸੁਣਨੇ ਵਾਲਿਆਂ ਦੀ ਵੀ ਗੱਲ ਬਹੁਤ ਵੱਡੀ ਏ, ਸੇ ਫਿਰ ਗਰਵਾਸ ਨਾ ਪਰਿਆ ਰੇ। ਆਓ, ਉਹ ਜਿਹੜਾ ਨਗਮਾ ਤੁਸੀਂ ਸੁਣਦੇ ਹੋ ਭਾਗਾਂ ਵਾਲਿਓ, ਅੱਜ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਸ ਉੱਤੇ ਸਤਿਗੁਰੂ ਦੀਆਂ ਮਿਹਰਾਂ ਤੇ ਸ੍ਰੀ ਸੀਸਗੰਜ ਸਾਹਿਬ ਜੀ ਦਾ ਇਹ ਪਾਵਨ ਪਵਿੱਤਰ ਅਸਥਾਨ, ਜਿੱਥੇ ਗੁਰੂ ਕੀ ਕਲਾ ਕੁਦਰਤ ਵਰਤਦੀ ਏ। ਸੰਗਤ ਜੀ, ਇਹਦੇ ਕਣ ਕਣ ਵਿੱਚ, ਇਹਦੇ ਜ਼ਰਰੇ ਜ਼ਰਰੇ ਵਿੱਚ ਇੱਥੇ ਬਖਸ਼ਿਸ਼ਾਂ ਨੇ। ਭਾਗਾਂ ਵਾਲਿਓ, ਭਰ ਲਓ ਝੋਲੀਆਂ, ਭਾਈ ਸਾਹਿਬ ਹੋਰਾਂ ਨੇ ਸ਼ੈਬਰਾਂ ਲਾਉਣੀਆਂ ਨੇ। ਆਓ, ਆ ਨਗਮਾ ਕਹਿ ਕੇ ਸਮਾਪਤੀ ਕਰਨ ਲੱਗੇ ਹਾਂ, ਜੋ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ।
ਮਹਾਰਾਜ ਕਹਿੰਦੇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਮੇਰੇ ਅੱਠਵੇਂ ਸਤਿਗੁਰ ਪਿਆਰਿਆ ਸਹਿਬਾ ਤਪਦੀ ਦਿੱਲੀ ਦਾ ਦਿਲ ਠਾਰਿਆ ਨਹੀਂ ਠਾਰੀ ਸੀ ਦਿੱਲੀ ਕਿਸੇ ਨੇ ਨਹੀਂ ਕਿਸੇ ਨੇ ਦੁੱਖਾਂ ਦੀਆਂ ਪੰਡਾਂ ਚੁੱਕੀਆਂ ਸੰਗਤ ਜੀ ਮਜ਼ਾਰਾਂ ਉਦੋਂ ਵੀ ਬੜੀਆਂ ਸਨ ਹੋਰ ਮੱਤਾਂ ਵਾਲੇ ਉਦੋਂ ਵੀ ਬਹੁਤ ਸਨ ਪਰ ਦੁੱਖਾਂ ਦੀਆਂ ਪੰਡਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਉਠਾਈਆਂ ਲੋਕਾਂ ਨੂੰ ਉਹਨਾਂ ਦੇ ਦੁੱਖ ਲੈ ਕੇ ਸੁੱਖ ਬਣਦੇ ਉਦੋਂ ਵੀ ਅੱਜ ਵੀ ਪਾਵਨ ਪਵਿੱਤਰ ਅਸਥਾਨ ਮੇਰੇ ਸਤਿਗੁਰੂ ਦਾ ਦਰਬਾਰ ਜੋ ਆ ਦਿੱਲੀ ਦੇ ਵਿਚਕਾਰ ਜੋ ਸ੍ਰੀ ਬੰਗਲਾ ਸਾਹਿਬ ਸੁਹਾਏ ਸੰਗਤ ਜੀ ਸ੍ਰੀ ਹਰਿਕ੍ਰਿਸ਼ਨ ਤੇ ਆਈ ਹੈ ਜਿਸ ਦਿੱਥੇ ਸਭ ਦੁੱਖ ਜਾਏ ਮੇਰੇ ਅੱਠ ਮੇਰੇ ਅੱਠਵੇਂ ਸਤਿਗੁਰ ਪਿਆਰਿਆ ਤੈਂ ਦਿੱਲੀ ਦਾ ਦਿਲ ਠਾਰਿਆ ਆ ਚਰਨ ਮੁਬਾਰਕ ਪਾਏ ਸ੍ਰੀ ਹਰਿ ਕ੍ਰਿਸ਼ਨ ਧਿਆਇਆ ਜਸ ਡਿੱਠੇ ਸਭ ਦੁੱਖ ਜਾਏ ਮੇਰੇ ਅੱਠਵੇਂ ਸਤਿਗੁਰ ਪਿਆਰਿਆ
ਚੱਕਦੀ ਬਿਮਾਰੀ ਨੇ ਸ਼ਹਿਰ ਨੂੰ ਫਾ ਲਿਆ। ਉਹ ਜੀ ਹੋਏ ਰਾਜੀ ਜਿਨ੍ਹਾਂ ਨੇ ਆ ਦਰਸ਼ਨ ਪਾ ਲਿਆ। ਸੰਗਤ ਜੀ ਦਿੱਲੀ ਵਿੱਚ ਕੂਕਾਂ ਉੱਠੀਆਂ, ਦੁੱਖਾਂ ਦੀਆਂ ਪੰਡਾਂ ਚੁੱਕੀਆਂ, ਦਿੱਲੀ ਵਿੱਚ ਕੂਕਾਂ ਹੀ ਪੈਂਦੀਆਂ ਸਨ, ਹਰ ਕੋਈ ਰੋਂਦਾ ਕਰ ਲਾਉਂਦਾ ਸੀ। ਦਿੱਲੀ ਵਿੱਚ ਕੂਕਾਂ ਉੱਠੀਆਂ, ਦੁੱਖਾਂ ਦੀਆਂ ਪੰਡਾਂ ਚੁੱਕੀਆਂ ਤੇ ਕੁੱਲ ਜੱਗ ਦੇ ਕਸ਼ਟ ਮਿਟਾਏ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ, ਬਹੁਤ ਵੱਡੀਆਂ ਬਖਸ਼ਿਸ਼ਾਂ ਨੇ, ਮਿਹਰਾਂ ਨੇ, ਮਹਾਰਾਜ ਜੀ ਨੇ ਕਿਰਪਾ ਕੀਤੀ। ਆਪ ਔਰ ਅਸੀਂ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਆਲਮਾਨਾ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਰਗਾਹ ਵਿੱਚ ਆਏ ਹਾਂ। ਭਾਗਾਂ ਵਾਲਿਓ, ਮਹਾਰਾਜ ਜੀ ਦੀਆਂ ਬਹੁਤ ਵੱਡੀਆਂ ਬਖਸ਼ਿਸ਼ਾਂ ਵੇਖੋ। ਧੰਨ ਗੁਰੂ ਹਰਗੋਬਿੰਦ ਸਾਹਿਬ, ਉਹਨਾਂ ਦੇ 5 ਸਪੁੱਤਰ ਤੇ 1 ਬੱਚੀ ਜਿਹੜੀ ਮੰਗ ਕੇ ਲਈ ਸੀ ਬੀਬੀ ਵੀਰੋ, ਬਾਬਾ ਗੁਰਦਿੱਤਾ ਸਾਹਿਬ ਜੀ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਭਾਈ ਨੇ ਸੰਗਤ ਜੀ। ਤੇ ਅੱਗੇ ਧੰਨ ਗੁਰੂ ਤੇਗ ਬਹਾਦਰ ਸਾਹਿਬ, ਉਹਨਾਂ ਦੇ ਸਪੁੱਤਰ ਧੰਨ ਮੇਰੇ ਕਲਗੀਧਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ, ਧੰਨ 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 ਗੁਰੂ ਗੋਬਿੰਦ ਸਿੰਘ ਸਾਹਿਬ। ਤੇ ਉੱਧਰ ਬਾਬਾ ਗੁਰਦਿੱਤਾ ਜੀ ਦੇ ਸਪੁੱਤਰ ਧੰਨ ਗੁਰੂ ਹਰਿ ਰਾਏ ਸਾਹਿਬ, ਤੇ ਉਹਨਾਂ ਦੇ ਸਪੁੱਤਰ ਧੰਨ ਗੁਰੂ ਹਰਕਿਸ਼ਨ ਸਾਹਿਬ। ਇਹੋ ਜਿਹਾ ਖਾਨਦਾਨ ਦੁਨੀਆਂ 'ਤੇ ਨਾ ਆਇਆ ਤੇ ਨਾ ਹੋਵੇਗਾ, ਦੁਨੀਆਂ ਤੋਂ ਵੱਖਰਾ, ਦੁਨੀਆਂ ਤੋਂ ਨਿਆਰਾ। ਸੰਗਤ ਜੀ ਚੇਤੇ ਰੱਖਿਓ, ਜਦੋਂ ਤੋਂ ਧਰਤੀ ਬਣੀ ਹੈ ਇਸ ਦੇ ਪਰ ਉਪਕਾਰ ਵਾਸਤੇ, ਇਸ ਦੇ ਭਲੇ ਵਾਸਤੇ, ਇਹ ਧਰਤੀ ਦੇ ਤਗ ਤੇ ਪੀਰ ਪੈਗੰਬਰ ਨਬੀ ਅਵਤਾਰ ਆਉਲੀਏ ਸਾਧੂ ਸੰਤ ਮਹਾਤਮਾ ਗੌਸ ਕੁਤਬ ਆਏ, ਪਰ ਜੋ ਸਤਿਗੁਰੂ ਜੀ ਨੇ ਸਾਨੂੰ ਤੁਹਾਨੂੰ ਬਖਸ਼ਿਆ ਨਹੀਂ ਕੋਈ ਬਖਸ਼ ਸਕਿਆ। ਸੰਤ ਬਾਬਾ ਜੀ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ, ਉਹਨਾਂ ਦਾ ਜੀਵਨ ਹੈ ਸੇਕ ਨੇਹਿਆ, ਪੜਿਓ ਕਿਤੇ। ਮੁਹੰਮਦ ਸਾਹਿਬ ਔਰ ਅਨਮਤਾਂ ਵਾਲੇ ਕਿਵੇਂ ਆ ਕੇ ਕਹਿੰਦੇ ਨੇ, ਹਰਨਾਮ ਸਿਆ ਜੋ ਤੁਹਾਨੂੰ ਸਤਿਗੁਰੂ ਦੇ ਗਏ ਸਾਨੂੰ, ਅਸੀਂ ਆਪਣੀ ਉਮਤ ਨੂੰ ਨਹੀਂ ਦੇ ਸਕੇ, ਪਰ ਅਫਸੋਸ ਅਸੀਂ ਸਾਂਭਿਆ ਨਹੀਂ। ਆਓ ਪ੍ਰਣ ਕਰੀਏ ਆਪਸ ਵਿੱਚ, ਇੱਕ ਦੂਜੇ ਦੀਆਂ ਬਾਹਾਂ ਬਣੀਆਂ ਬਾਹਾਂ ਵੱਢੀਏ ਨਾ, ਇੱਕ ਦੂਜੇ ਦੇ ਸਿਰਾਂ ਤੇ ਦਸਤਾਰਾਂ ਟਿਕਾਈਏ, ਦਸਤਾਰਾਂ ਲਾਈਏ ਨਾ। ਸਿੰਘੋ ਅੱਗੇ ਕਿੰਨੀ ਕੁ ਗਿਣਤੀ ਹੈ ਸਾਡੀ, ਤੇ ਉਹਨਾਂ ਲੋਕਾਂ ਤੋਂ ਸੁਚੇਤ ਰਹੋ ਜਿਹੜੇ ਅੱਜ ਜਾਣ ਬੁੱਝ ਕੇ ਬੇਲੋੜੇ ਜਿਹੇ ਬਬਾਦ ਪੰਥ ਦੇ ਵਿੱਚ ਖੜੇ ਕਰਕੇ ਕੋਈ ਸਿਆਸੀ ਰੋਟੀਆਂ ਸੇਕੀ ਜਾਂਦਾ, ਤੇ ਕੁਝ ਲੋਕ ਜਿਹੜੇ ਜਾਣ ਬੁੱਝ ਕੇ ਸਾਨੂੰ ਔਜੜੇ ਰਸਤੇ ਪਾਉਣਾ ਚਾਹੁੰਦੇ ਆ। ਔਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਬ ਉੱਚਤਾ, ਉਹ ਸਤਿਗੁਰੂ ਜੀ ਦਾ ਤਖਤ ਹੈ, ਉਸ ਨੂੰ ਸਮਰਪਿਤ ਹੋ ਕੇ ਗੁਰੂ ਦੀਆਂ ਅਸੀਸਾਂ ਲਈਏ। ਬਹੁਤ ਰੋਮ ਰੋਮ ਕਰਕੇ ਧੰਨਵਾਦ ਇੱਥੋਂ ਦੇ ਅਤਿ ਸਤਿਕਾਰਯੋਗ ਜਿਹੜੇ ਗੁਰਮੁਖ ਪਿਆਰੇ ਸ਼ਬਦ ਚੌਂਕੀ ਜਥੇ ਦੇ ਸੇਵਾਦਾਰ ਔਰ ਵੀਰ ਜੀ ਅਮਰਜੀਤ ਸਿੰਘ ਜੀ, ਪੈਂਕੀ ਜੀ, ਅੱਜ ਤੇ ਉਂਝ ਵੀ ਮਹਾਰਾਜ ਦੀ ਕਿਰਪਾ ਨਾਲ ਪੈਂਕ ਹੋਏ ਬੈਠੇ ਆ। ਗੁਰੂ ਦੀਆਂ ਖੁਸ਼ੀਆਂ ਮਹਾਨ ਦਾਤਾਂ ਸਤਿਗੁਰੂ ਜੀ ਦੀਆਂ ਲੈ ਰਹੇ ਨੇ, ਔਰ ਸਾਡੇ ਭਾਈ ਸਾਹਿਬ ਸਟੇਜ ਦੀ ਸੇਵਾ ਸਾਰੀ ਰਲ ਮਿਲ ਕੇ ਇੱਦਾਂ ਹੀ ਹੋਣਾ ਚਾਹੀਦਾ, ਪਤਾ ਨਾ ਲੱਗੇ ਸਾਰੀ ਇਸ ਤਰ੍ਹਾਂ ਘਿਓ ਖਿਚੜੀ। ਔਰ ਇਹ ਤਦੋਂ ਹੀ ਹੋਵੇਗਾ ਜਦੋਂ ਸਤਿਕਾਰਯੋਗ ਮਨਜੀਤ ਸਿੰਘ ਜੀ ਜੀ ਕੇ ਸਾਹਿਬ ਵਰਗੇ ਸਿਆਣੇ, ਮੈਂ ਕੋਈ ਖੁਸ਼ਾਮਦ ਨਹੀਂ ਕੀਤੀ ਕਿਉਂਕਿ ਇਤਿਹਾਸ ਮੈਂ ਆਪ ਉਹਨਾਂ ਦੇ ਕੋਲੋਂ ਜੋ ਸੁਣਦਾ, ਕਈ ਐਸੀਆਂ ਗੱਲਾਂ ਜਿਹੜੀਆਂ ਸੀਨਾ ਪਸੀਨਾ 'ਤੇ ਮਿਲਦੀਆਂ ਪਰ ਕਿਤਾਬਾਂ ਵਿੱਚੋਂ ਨਹੀਂ ਲੱਭਦੀਆਂ, ਉਹ ਸੁਣਾ ਜਾਂਦੇ ਆ। ਔਰ ਇਸੇ ਤਰ੍ਹਾਂ ਗੁਰਬਾਣੀ ਨਾਲ ਨਿਓ ਪਿਆਰ ਔਰ ਮਹਾਰਾਜ ਦੀ ਕਿਰਪਾ, ਜਦੋਂ ਕਿਤੇ ਪੰਥ ਨੂੰ ਲੋੜ ਪੈਂਦੀ ਉਦੋਂ ਵੀ ਤੁਰਦੇ ਨੇ। ਗੁਰੂ ਕਿਰਪਾ ਕਰੇ ਇੱਕ ਦੂਜੇ ਦਾ ਅਦਬ ਸਤਿਕਾਰ, ਗੁਰੂ ਸਾਹਿਬ ਜੀ ਦੀਆਂ ਵੱਡੀਆਂ ਬਖਸ਼ਿਸ਼ਾਂ ਨੇ,
ਸਿੱਖ ਪੰਥ ਦੇ ਸਿਰਮੌਰ ਕੀਰਤਨੀਏ, ਮਹਾਨ ਕੀਰਤਨੀਏ, ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਤਰੁੱਠ ਕੇ ਮਹਾਨ ਬਖਸ਼ਿਸ਼ਾਂ। ਸੰਗਤ ਜੀ, ਹਿਰਦੇ ਦੇ ਵਿੱਚ ਨਾਮ ਦਾ ਟਿਕ ਜਾਣਾ ਹਰ ਇੱਕ ਦੇ ਹਿੱਸੇ ਨਹੀਂ ਆਉਂਦਾ, ਪਰ ਗੁਰੂ ਕੀ ਬਹੁਤ ਵੱਡੀ ਕਿਰਪਾ, ਭਾਈ ਸਾਹਿਬ ਜੀ, ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ ਸਾਹਿਬ ਦੇ, ਉਹਨਾਂ ਨਿਹਾਲ ਕਰਨਾ, ਭਾਈ ਚਮਨਜੀਤ ਸਿੰਘ ਜੀ ਹੋਰਾਂ ਨਿਹਾਲ ਕਰਨਾ, ਸਾਨੂੰ ਖੁਸ਼ੇ ਬਖਸ਼ੋ। ਆਓ ਇੱਕ ਜਕਾਰਾ ਗਜਾਉਣਾ ਜੇ ਗੱਜ ਕੇ। ਖਾਲਸਾ ਜੀ, ਗੁਰਮੁਖ ਪਿਆਰਿਓ, ਮੈਂ ਬੇਨਤੀ ਕਰਾਂ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਲਾਗ ਤੇ, ਗੁਰਮੁਖ ਪਿਆਰੇ ਨੇ ਉਹ ਲੱਥਾ ਕੀਤਾ, ਉਹ ਕਹਿੰਦਾ ਲਾਗ ਤੇ ਦੀਵਾਨ ਰਹੇ, ਗਾਵ ਤੇ ਸੁਜਾਨ ਰਹੇ, ਝੂਲ ਤੇ ਨਿਸ਼ਾਨ ਰਹੇ, ਪੰਥ ਮਹਾਰਾਜ ਕੇ ਗੱਜਦੇ ਰਹਿਣ, ਸਿੰਘ ਗੱਜਦੇ ਰਹਿਣ। ਇਹ ਗੱਜਣਾ ਸੁਣ ਕੇ ਬੱਬਰ ਸ਼ੇਰ ਗੱਜਦਾ ਤੇ ਭੇਡਾਂ ਬੱਕਰੀਆਂ ਸਾਹਮਣੇ ਭੱਜਦੀਆਂ, ਇਹ ਗੱਜਦੇ ਹੀ ਰਹਿਣਾ ਚਾਹੀਦਾ। ਗੱਜ ਕੇ ਜਗਾਰਾ ਗਜਾਵੇ, ਨਿਹਾਲ ਹੋ ਜਾਵੇ, ਸਤਿ ਸ੍ਰੀ ਅਕਾਲ, ਗੁਰਮਰੀ ਅਕਾਲ, ਚਿੱਟਿਆ ਬਾਜਾ ਮਾਰਿਓ, ਰੱਖ ਲੈ ਦਰਦ ਬਾਣਿਆਂ ਦੀ ਲਾਜ, ਚਿੱਤੋ ਗੁਪਤੋ ਸ਼ਹੀਦੋ ਸਿੰਘੋ, ਸਰਬੱਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ। ਬੋਲੇ ਪੰਥ ਨੂੰ ਏਕਾ ਇਤਫਾਕ ਬਖਸ਼ੋ, ਪਰਸਪਰ ਪ੍ਰੇਮ ਬਖਸ਼ੋ, ਚੜ੍ਹਦੀ ਕਲਾ ਬਖਸ਼ੋ, ਆਪ ਸੱਚੇ ਪਾਤਸ਼ਾਹ ਜੀ ਪੰਥ ਦੀ ਅਗਵਾਈ ਕਰੋ। ਹੋਈਆਂ ਬੇਅੰਤ ਬੇਅੰਤ ਭੁੱਲਾਂ ਚੁੱਕਾਂ ਦੀ ਮੁਆਫੀ, ਫੇਰ ਸਮੁੱਚੀ ਪ੍ਰਬੰਧ ਦਾ ਬਾਬਾ ਜੀ, ਬਾਬਾ ਬਲਵੀਰ ਸਿੰਘ ਜੀ ਖਾਲਸਾ 96 ਕਰੋੜੀ ਬੁੱਢੇ ਦਲ ਵਾਲੇ, ਬਾਬਾ ਜੀ ਬਾਬਾ ਅਵਤਾਰ ਸਿੰਘ ਜੀ ਵਿਧੀ ਚੰਦੀਏ ਮਹਾਂਪੁਰਖ, ਔਰ ਸਾਰੀ ਪੰਜਾਬ ਦੀਆਂ ਉਹ ਮਹਾਨ ਗੁਰੂ ਦੀਆਂ ਲਾਡਲੀਆਂ ਫੌਜਾਂ ਵੱਲੋਂ ਤੁਹਾਨੂੰ ਸਭ ਨੂੰ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਦੀਆਂ ਬੇਅੰਤ ਬੇਅੰਤ ਮੁਬਾਰਕਾਂ। ਬਾਬਾ ਬੁੱਧ ਸਿੰਘ ਜੀ ਔਰ ਮੇਰੇ ਵੀਰ ਨਾਨਕ ਸਿੰਘ ਜੀ ਦਲੇਰ ਖਾਲਸਾ, ਇੱਥੋਂ ਵੀਰ ਰਵਿੰਦਰ ਸਿੰਘ ਜੀ ਬੁੱਢਾ ਦਲ ਗੱਤਕਾ ਅਖਾੜਾ, ਸਾਰੀ ਪਿਆਰ ਬਖਸ਼ ਦਿਓ, ਚੜ੍ਹਦੀ ਕਲਾ ਵਿੱਚ ਰਹੋ ਜੀ, ਭੁੱਲਾਂ ਮੁਆਫ ਕਰਨੀਆਂ ਸਾਊਂਡ ਵਾਲੇ ਗੁਰਮੁਖ ਪਿਆਰੇ ਵੀਰ ਗੁਰਸਿੱਖ ਵੀਰ, ਇਹਨਾਂ ਦਾ ਵੀ ਧੰਨਵਾਦ, ਚੈਨਲਾਂ ਦਾ ਧੰਨਵਾਦ, ਆਪ ਸੰਗਤ ਦਾ, ਮਹਾਰਾਜ ਸੱਚੇ ਪਾਤਸ਼ਾਹ, ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਮੇਰੇ ਸਤਿਗੁਰੂ ਜੀ, ਆਪ ਜੀ ਦੇ ਪਾਵਨ ਪਵਿੱਤਰ ਸੋਹਣੇ ਸੋਹਣੇ ਪਾਵਨ ਚਰਨਾਂ ਤੇ ਮਹਾਰਾਜ ਜੀ ਸਿਰ ਰੱਖ ਕੇ ਅਰਬਾਂ ਖਰਬਾਂ ਵਾਰੀ ਬੇਅੰਤ ਵਾਰੀ ਨਮਸਕਾਰ ਮੇਰਾ ਕਰੋ, ਚੜ੍ਹਦੀ ਕਲਾ ਬਖਸ਼ੋ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਜਗਾਰਾ ਗਜਾਵੇ, ਨਿਹਾਲ ਹੋ ਜਾਵੇ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਚਰਨਾਂ ਨੂੰ ਭਾਵੇ ਸਤਿ ਸ੍ਰੀ ਅਕਾਲ। ਦੇਗ ਤੇਗ ਫਤਿਹ, ਨੁਸਰਤ ਬੇਦਰੰਗ, ਯਾਫਤਸ ਨਾਨਕ ਗੁਰੂ ਗੋਬਿੰਦ ਸਿੰਘ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।